ਜਿਸ ਸਮੇਂ ਤੇ ਇੱਥੇ ਜੁੜ ਬੈਠੇ ਹਾਂ, ਜਿਸ ਵਿਸ਼ੇ ਤੇ ਜੁੜ ਬੈਠੇ ਹਾਂ, ਸਤਿਗੁਰੂ ਜੀ ਪਵਿੱਤਰ ਗੁਰਬਾਣੀ ਚ ਫਰਮਾਨ ਕਰਦੇ ਨੇ, ਸੰਬਤ ਸਾਹਾ ਲਿਖਿਆ ਮੌਤ ਦੀ ਮਿਸਾਲ ਦਿੰਦੇ ਨੇ। ਹਾਂ, ਗੱਲ ਮੌਤ ਦੀ ਕਰਦੇ ਨੇ ਤੇ ਮਿਸਾਲ ਵਿਆਹ ਦੀ ਦਿੰਦੇ ਪਏ ਨੇ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਸਾਡੇ ਸਾਹੇ ਪਹਿਲਾਂ ਲਿਖੇ ਹੋਏ ਨੇ। ਅਸੀਂ ਸੋਚਨੇ ਆ ਆਹ ਦਿਨ ਜਿਹੜਾ ਅਸੀਂ ਬੈਠੇ ਹਾਂ, ਇਹਦੇ ਚੋਂ ਇੱਕ ਵੀ ਪ੍ਰਾਣੀ ਸਾਡੇ ਚੋਂ ਇਹ ਨਹੀਂ ਕਹਿ ਸਕਦਾ ਵੀ ਇਹ ਸਾਡਾ ਮਿਥਿਆ ਹੈ। ਇਹੋ ਜਿਹੇ ਦਿਨ ਮਿਥਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਜੇ ਇਹ ਦਿਨ ਮਿਥੇ ਗਏ ਨੇ ਤੇ ਇਹ ਪਹਿਲਾਂ ਹੀ ਮਿਥੇ ਹੋਏ ਨੇ। ਇਹ ਦਿਨ ਪਹਿਲਾਂ ਹੀ ਮਿੱਥੇ ਹੋਏ ਨੇ। ਸਤਿਗੁਰੂ ਜੀ ਤਾਂ ਫਰਮਾਨ ਕਰਦੇ ਨੇ ਗੁਰਬਾਣੀ ਵਿੱਚ, ਸੰਗਤ ਸਾਹਾ ਲਿਖਿਆ, ਵਿਆਹ ਦੀਆਂ ਤਰੀਕਾਂ ਜਿਵੇਂ ਨਿਸ਼ਚਿਤ ਕਰ ਦਿੱਤੀਆਂ ਜਾਂਦੀਆਂ ਨੇ, ਸਾਡੀਆਂ ਮੌਤ ਦੀਆਂ ਤਰੀਕਾਂ ਵੀ ਨਿਸ਼ਚਿਤ ਨੇ। ਜ਼ਰੂਰੀ ਨਹੀਂ ਕਿ ਅੱਜ ਬੀਬੀ ਜਸਪਾਲ ਕੌਰ ਜੀ ਇਸ ਸੰਸਾਰ ਤੋਂ ਸਤਿਗੁਰੂ ਦੀ ਬਖਸ਼ੀ ਹੋਈ ਆਰਜ਼ਾ ਨੂੰ ਭੋਗ ਕੇ ਗਏ। ਮੌਤ ਕਿਸੇ ਉਮਰ ਵਿੱਚ ਵੀ ਹੋਵੇ, ਬਾਲ ਜਵਾਨੀ ਔਰ ਬਿਰਧ ਹੁਣ ਤੀਨ ਅਵਸਥਾ ਜਾਣ, ਇਹ ਤਿੰਨ ਅਵਸਥਾ ਨੇ। ਇਹ ਤਿੰਨਾਂ ਅਵਸਥਾ ਬਾਰੇ ਇੱਕ ਥਾਂ ਹੋਰ ਸਾਹਿਬ ਲਿਖਦੇ ਨੇ, ਬਾਰੇ ਬੂਢੇ ਤਰੁਣੇ ਭਈਆ ਸਭ ਹੂੰ ਜੰਮ ਲੈ ਜਾਈ ਹੈ ਰੇ। ਜੰਮਣੇ ਉਮਰ ਨਹੀਂ ਵੇਖਣੀ, ਜੰਮਣੇ ਕੋਈ ਸਮਾਂ ਨਹੀਂ ਵੇਖਣਾ। ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਵੱਡਾ ਨੀਰ। ਉਹਨੇ ਉੱਚਾ ਵੱਡਾ ਛੋਟਾ ਅਮੀਰ ਗਰੀਬ ਉਹਨੇ ਕੋਈ ਭੇਦ ਨਹੀਂ ਰੱਖਿਆ। ਇੱਕ ਗੱਲ ਹੋਰ ਹੈ, ਮੌਤ ਦੇ ਪ੍ਰਕਰਨ ਬੜੇ ਤਰ੍ਹਾਂ ਦੇ ਹੋ ਸਕਦੇ ਨੇ। ਕੋਈ ਕਿਸ ਤਰ੍ਹਾਂ, ਕੋਈ ਪਾਣੀ 'ਚ, ਕੋਈ ਬਿਜਲੀ ਨਾਲ, ਕੋਈ ਐਕਸੀਡੈਂਟ, ਅਨੇਕਾਂ ਮੌਤ ਦੇ ਤਰੀਕੇ ਹੋ ਸਕਦੇ ਨੇ, ਪਰ ਸਾਰੇ ਹੋਰ ਇੱਕੋ ਜਿਹੇ ਜਾਂਦੇ ਨੇ। ਸੰਸਾਰ ਤੇ ਮਨੁੱਖਾ ਜੀਵਨ ਮਿਲਿਆ, ਇਹਨੂੰ ਉੱਤਮ ਜੀਵਨ ਮੰਨਿਆ, ਪਰ ਉੱਤਮ ਜੀਵਨ ਉਸ ਮਨੁੱਖ ਦਾ ਹੈ ਜਿਹਨੂੰ ਗੁਰੂ ਦੀ ਪ੍ਰਾਪਤੀ ਹੋਈ ਹੈ। ਬਾਜ ਗੁਰੂ ਡੁੱਬਾ ਸੰਸਾਰ, ਗੁਰੂ ਤੋਂ ਬਿਨਾਂ ਗੁਰਬਿਨ ਘੋਰ ਅੰਧਾਰ ਹੈ, ਗੁਰਬਿਨ ਸਮਝ ਨਾ ਆਵੇ। ਵਿਸ਼ਾ ਰੱਖੀਏ ਕਿ ਗੁਰੂ ਨੂੰ ਮਿਲ ਕੇ ਇਸ ਜੀਵਨ ਨੂੰ ਸੁਖਾਲਾ ਤੇ ਮੌਤ ਨੂੰ ਮੋਹੇ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੈ ਦੁਆਰ। ਆਂਦੇ ਮੈਨੂੰ ਚਾਏ ਜਿਸ ਮਰਨੇ ਤੇ ਜਗ ਡਰੈ, ਇਹ ਹੋਇਆ ਕਦੋਂ? ਜਦੋਂ ਗੁਰੂ ਮਿਲਿਆ। ਇਹ ਕਦੋਂ ਕਿਹਾ ਉਹਨਾਂ ਨੇ? ਜਦੋਂ ਸਤਿਗੁਰੂ ਮਿਲਿਆ। ਸਤਿਗੁਰੂ ਮਿਲੇ ਨੂੰ ਜੀਵਨ ਤੇ ਮੌਤ ਦੇ ਭੇਦ ਦੀ ਸਮਝ ਆ ਜਾਂਦੀ ਹੈ। ਸਤਿਗੁਰੂ ਨੂੰ ਮਿਲ ਕੇ ਸੱਚ ਤੇ ਝੂਠ ਦਾ ਨਿਸਤਾਰਾ ਹੋ ਜਾਂਦਾ ਹੈ। ਸਤਿਗੁਰੂ ਨੂੰ ਮਿਲ ਕੇ
ਗਿਆਨ ਮਿਲ ਜਾਂਦਾ ਹੈ, ਗਿਆਨ ਹੀ ਮੁਕਤੀ ਹੈ। ਸਾਰੇ ਮੁਕਤ ਹੋਣ ਨੂੰ ਆਉਂਦੇ ਆ ਨਾ, ਮੁਕਤ ਕੋਈ ਆਕਾਸ਼ ਛੋਟੀ ਗਰਮ ਵਾਲੀ ਬਿਜਲੀ ਨਹੀਂ, ਮੁਕਤ ਹੋ ਜਾਣਾ, ਸਤਿਗੁਰ ਤੋਂ ਗਿਆਨ ਦੀ ਪ੍ਰਾਪਤੀ ਹੋ ਜਾਣੀ, ਸਮਝ ਆ ਜਾਣਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਸੱਚ ਮਰਨਾ ਹੈ, ਜਿਉਣਾ ਝੂਠ ਹੈ। ਹੁਣ ਆਪਾਂ ਇੱਕ ਦੂਜੇ ਨੂੰ ਵਹਿੰਦੇ ਪਏ ਹਾਂ ਕਿ ਇਹ ਝੂਠ ਹੈ, ਜੇ ਸੱਚ ਹੁੰਦਾ ਤੇ ਬੀਬੀ ਜੀ ਜਸਪਾਲ ਕੌਰ ਜੋ ਸਾਡੇ ਵਿੱਚ ਨਹੀਂ, ਇਸ ਕਰਕੇ ਇਸ ਝੂਠ ਹੈ। ਜਿਹਨੇ ਰਹਿਣਾ ਨਹੀਂ ਨਾ ਤੋਪੇ ਚਲੀ ਜਾਏਗੀ ਝੂਠ ਹੈ, ਛਾਂ ਚਲੀ ਜਾਏਗੀ ਝੂਠ ਹੈ। ਸੱਚ ਕੀ ਹੈ? ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਿਰਫ ਇਹ ਰਹਿਣ ਵਾਲੀਆਂ ਚੀਜ਼ਾਂ ਨੇ। ਸਤਿਗੁਰੂ ਜੀ ਤੇ ਬਾਣੀ ਜਿੱਥੋਂ ਤੱਕ ਵੀ ਲਿਖਦੇ ਨੇ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ, ਨਾ ਸੂਰ ਸੱਸ ਮੰਡਲੋ, ਆਂਦੇ ਨਾ ਸੂਰਜ ਰਹਿਣਾ ਹੈ, ਨਾ ਚੰਦਰਮਾ ਰਹਿਣੇ, ਨਾ ਤਾਰੇ ਰਹਿਣੇ ਨੇ, ਨਾ ਸੂਰ ਸੱਸ ਮੰਡਲੋ, ਨਾ ਸਪਤ ਦਵੀਪ ਨਹਿ ਜਲੋ, ਨਾ ਹੀ ਸੱਤ ਦਵੀਪ ਰਹਿਣੇ ਨੇ, ਨਾ ਪਾਣੀ ਦੇ ਭੰਡਾਰ ਰਹਿਣੇ ਨੇ। ਅੰਨ ਪਾਉਣ ਫਿਰ ਨਾ ਕੋਈ ਕੁਛ ਵੀ ਚੀਜ਼ ਇੱਥੇ ਰਹਿਣ ਵਾਲੀ ਨਹੀਂ। ਉਹਨਾਂ ਪੁੱਛਿਆ, ਸੱਚਮੁੱਚ ਸਭ ਕੁਛ ਖਤਮ ਹੋ ਜਾਏਗਾ? ਬਚਨ ਕੀਤੋ ਨੇ, ਏਕ ਤੁਹੀ, ਏਕ ਤੁਹੀ, ਉਹ ਰਹਿ ਜਾਏਗਾ, ਉਹਦਾ ਨਾਮ ਰਹਿ ਜਾਏਗਾ। ਫਿਰ ਅੱਗੇ ਆਉਂਦੇ ਨੇ, ਨਾ ਦੇਵ ਦਾਨ ਵਾਨਰ, ਨਾ ਦੇਵਤੇ ਰਹਿਣੇ, ਨਾ ਦਾਨਵ ਰਹਿਣੇ, ਨਾ ਨਰ ਰਹਿਣੇ, ਇਹਨਾਂ ਨੂੰ ਵੀ ਜਾਣਾ ਪੈਣਾ। ਨਾ ਸਿੱਧ ਸਾਧਕਾ ਧਰਾ, ਨਾ ਸਿੱਧ ਰਹਿਣੇ, ਨਾ ਸਾਧਕ ਰਹਿਣੇ, ਇਹਨਾਂ ਨੂੰ ਵੀ ਜਾਣਾ ਪੈਣਾ। ਫਿਰ ਪੁੱਛਿਆ ਬਾਬਾ ਜੀ ਨੂੰ, ਅਸਤ ਏਕ ਦਿਗਰ ਕੋਈ ਕੁਛ ਰਹਿਣ ਵਾਲੀ ਚੀਜ਼ ਹੋਵੇਗੀ? ਫਿਰ ਬਚਨ ਕੀਤੋ ਨੇ, ਏਕ ਤੁਹੀ, ਏਕ ਤੁਹੀ, ਨਾਮ ਰਹੋ, ਸਾਧੂ ਰਹੋ। ਆਂਦੇ ਨਾਮ ਰਹਿ ਜਾਏਗਾ ਤੇ ਨਾਮ ਨੂੰ ਜਪਣ ਵਾਲਾ ਰਹਿ ਜਾਏਗਾ। ਸਿਰਫ ਉਸ ਮੌਤ ਨੂੰ ਇੰਨਾ ਸੁਖਾਲਾ, ਇੰਨਾ ਵਧੀਆ ਮੰਨਣ ਵਾਲਾ ਜੇ ਕੋਈ ਹੈ, ਇਸ ਮੌਤ ਨੂੰ ਇੱਕ ਹੱਸ ਕੇ ਮਿਲਣ ਵਾਲਾ ਕੋਈ ਹੈ ਤਾਂ ਕੋਈ ਹੋਰ ਨਹੀਂ, ਉਹ ਸਿਰਫ ਤੇ ਸਿਰਫ ਸਾਧੂ ਏ, ਜਿਹੜਾ ਸਤਿਗੁਰੂ ਨੂੰ ਮਿਲਿਆ ਤੇ ਗੁਰੂ ਨੂੰ ਮਿਲ ਕੇ ਜਿਹਨੇ ਇਹ ਪ੍ਰਾਪਤੀ ਕੀਤੀ ਵੀ ਮੌਤ ਕੁਛ ਨਹੀਂ। ਜਿਹਦੇ ਕੋਲ ਸਤਿਗੁਰੂ ਦਾ ਨਾਮ ਹੈ ਉਹਨੂੰ ਇਸ ਮੌਤ ਦਾ ਭੈ ਨਹੀਂ, ਉਹਨੂੰ ਇਸ ਮੌਤ ਦਾ ਡਰ ਨਹੀਂ। ਜੋ ਜਨ ਲਈ ਖਸਮ ਕਰ, ਜਿਹੜੇ ਸਤਿਗੁਰੂ ਦਾ ਨਾਮ ਜਪਦੇ ਨੇ, ਸ਼ਹੀਦਾਂ ਸਿੰਘਾਂ ਦੀਆਂ ਕਥਾਵਾਂ ਸੁਣਦੇ ਹੋ, ਉਹਨਾਂ ਦੇ ਬੰਦ ਬੰਦ ਕੱਟੇ ਗਏ, ਖੋਪੜੀਆਂ ਲਾ ਦਿੱਤੀਆਂ,
ਆਰਿਆਂ ਨਾਲ ਚੀਰ ਦਿੱਤੇ ਪਰ ਉਹਨਾਂ ਸੀ ਨਹੀਂ ਕੀਤੀ। ਪਤਾ ਕਿਉਂ? ਮਨ ਰੇ ਹੁਕਮ ਮਨ ਸੁਖ ਹੋਏ। ਉਹ ਤੱਤੀ ਤਵੀ ਤੇ ਵੀ ਸੋਹੇ ਪਰ ਕਦੋਂ? ਹੁਣ ਸਾਡੇ ਕੋਲ ਬੜੇ ਪਦਾਰਥ ਨੇ, ਬੜਾ ਕੁਛ, ਗੱਡੀਆਂ, ਕਾਰਾਂ, ਕੋਠੀਆਂ, ਮਹੱਲ, ਏਸੀ, ਠੰਡੇ ਤੱਤੇ, ਇਹ ਸੁੱਖ ਦੇ ਸਾਧਨ ਨੇ, ਸਰੀਰਕ ਸੁੱਖ ਦੇ ਸਾਧਨ ਨੇ। ਤੇ ਸਤਿਗੁਰੂ ਜੀ ਆਂਦੇ ਨੇ ਯਤਨ ਬਹੁਤ ਸੁਖ ਕੇ ਕੀਏ, ਬੜੇ ਯਤਨ ਕੀਤੇ ਸੁਖਾਂ ਦੇ, ਕੋਠੀਆਂ ਬਣਾ ਲਈਆਂ, ਵਨ ਸੋਨੇ ਕੋਈ ਬੈਡ ਬਿਸਤਰ ਯਾਦ ਲੈ ਆਂਦੇ, ਪਰ ਦੁੱਖ ਕੋ ਕੀਓ ਨਾ ਕੋਈ। ਜਿਹੜਾ ਅਸਲੀ ਦੁੱਖ ਸੀ ਨਾ, ਉਹਦਾ ਯਤਨ ਕਿਸੇ ਵੀ ਨਹੀਂ ਕੀਤਾ। ਹੁਣ ਉਹ ਦੁੱਖ ਕੀ ਹੈ? ਪਲੰਘ ਤੇ ਪਏ ਹੁੰਦੇ ਆ, ਗਰਮੀਆਂ 'ਚ ਠੰਡਾ ਏਸੀ ਚੱਲਦਾ ਹੈ, ਸਰਦੀਆਂ 'ਚ ਗਰਮ ਹੀਟਰ ਚੱਲਦਾ ਹੈ, ਮਖਮਲ ਦੇ ਸੋਹਣੇ ਗੱਦੇ, ਮਖਮਲ ਦੀ ਸੁੰਦਰ ਰਜਾਈ, ਪਰ ਉਹਦੇ ਵਿੱਚ ਬੈਠਾ ਵੀ ਬੰਦਾ ਦੁਖੀ ਹੁੰਦਾ ਹੈ। ਉਹ ਚਾਰ ਸਵੇਰੇ ਦੀਆਂ ਚਿੰਤਾ 'ਚ ਘਿਰਿਆ ਹੁੰਦਾ ਹੈ, ਕਿਸੇ ਨਾ ਕਿਸੇ ਪਾਸੇ ਉਹ ਬੜਾ ਦੁਖੀ ਹੋ ਕੇ ਕਈ ਵਾਰ ਰੋਂਦਾ ਹੈ, ਕਲਪਦਾ ਹੈ, ਸੁੱਖ ਦੇ ਯਤਨ ਕਰ ਲੈ, ਪਰ ਜਿਹੜੇ ਉਸ ਸੁੱਖ ਦੇ ਸਾਧਨਾਂ 'ਚ ਬੈਠਿਆਂ ਵੀ ਕਲਪਾ ਰਹੇ ਨੇ, ਉਹਦਾ ਯਤਨ ਨਹੀਂ ਕੀਤਾ। ਉਹਦਾ ਯਤਨ ਜੇ ਕਿਸੇ ਕੀਤਾ ਨਾ, ਉਹ ਸਨ ਜਿਨ੍ਹਾਂ ਕੋਲ ਮਖਮਲ ਦੇ ਗੱਦੇ ਨਹੀਂ ਸਨ, ਜਿਨ੍ਹਾਂ ਕੋਲ ਸਰਦੀਆਂ 'ਚ ਗਰਮੀਆਂ ਦੇ ਸਾਧਨ ਹੀਟਰ ਨਹੀਂ ਸਨ, ਉਹ ਤੱਤੀ ਤਵੀ ਤੇ ਬਹਿ ਕੇ ਵੀ ਆਨੰਦ ਵਿੱਚ ਸਨ। ਕਿਉਂ? ਉਹਨਾਂ ਦੁੱਖ ਦਾ ਯਤਨ ਕਰ ਲਿਆ ਸੀ। ਉਹਨਾਂ ਉਹ ਸਤਿਗੁਰੂ ਨੂੰ ਮਿਲ ਕੇ ਇਹ ਪ੍ਰਾਪਤੀ ਕਰ ਲਈ ਸੀ। ਕਿ ਇਹ ਕੋਈ ਵੱਡੀ ਚੀਜ਼ ਨਹੀਂ, ਜਿਹੜਾ ਆਨੰਦ ਲੋਕ ਪਦਾਰਥਾਂ ਤੋਂ ਲੱਭਦੇ ਨੇ ਉਹ ਆਨੰਦ ਉਹਨਾਂ ਨੇ ਸਤਿਗੁਰੂ ਕੋਲੋਂ ਲੱਭਿਆ। ਤੇ ਫਿਰ ਕਿਹਾ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਉਸ ਆਨੰਦ ਨੂੰ ਉਹਨਾਂ ਨੇ ਗੁਰੂ ਦੇ ਪਾਸੋਂ ਪ੍ਰਾਪਤ ਕੀਤਾ। ਜਦੋਂ ਉਸ ਆਨੰਦ ਨੂੰ ਪ੍ਰਾਪਤ ਕੀਤਾ ਫਿਰ ਤੱਤੀ ਤਵੀ ਦੇ ਉੱਤੇ ਵੀ ਦੁੱਖ ਨਹੀਂ ਆਇਆ। ਫਿਰ ਉਹਨਾਂ ਨੂੰ ਬੰਦ ਬੰਦ ਕਟਵਾਉਂਦਿਆਂ ਵੀ ਦੁੱਖ ਨਹੀਂ ਆਇਆ। ਸੋਈ ਸਿਆਣਾ ਸੋ ਪਤਵੰਤਾ, ਜਿਸ ਹੁਕਮ ਲੱਗੇ ਜਿਸ ਮੀਠਾ ਜੀਓ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ। ਉਹੀ ਸਿਆਣਾ ਹੈ, ਸਿਆਣਾ ਜਿਹਦੀ ਬੁੱਧੀ ਚੰਗੀ ਹੈ, ਸੋਚ ਚੰਗੀ ਹੈ, ਪਤਵੰਤਾ ਚੰਗੀ ਪਤ ਵਾਲਾ, ਇੱਜ਼ਤ ਵਾਲਾ, ਉਹੀ ਮਨੁੱਖ ਹੈ ਜਿਹਨੂੰ ਆਪਣੇ ਗੁਰੂ ਦਾ ਹੁਕਮ ਚੰਗਾ ਲੱਗਦਾ ਹੈ, ਜਿਹਨੂੰ ਆਪਣੇ ਗੁਰੂ ਦੀ ਕੀਤੀ ਚੰਗੀ ਲੱਗਦੀ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧੰਨਵੰਤ,
ਇਹ ਪੰਜ ਗੁਣ ਕਿਸੇ ਮਨੁੱਖ 'ਚ ਨਹੀਂ ਹੁੰਦੇ। ਅਤ ਸੁੰਦਰ ਬੜਾ ਸੋਹਣਾ ਹੋਵੇ, ਕੁਲੀਨ ਉੱਚੀ ਕੁੱਲ ਵਾਲਾ ਹੋਵੇ, ਚਤੁਰ ਬੜਾ ਚਲਾਕ ਹੋਵੇ, ਮੁਖ ਗਿਆਨੀ ਗਿਆਨਵਾਨ ਹੋਵੇ, ਧਨਵੰਤ ਪੈਸੇ ਵਾਲਾ ਹੋਵੇ, ਇਹ ਪੰਜ ਗੁਣ ਨਹੀਂ ਹੁੰਦੇ ਕਿਸੇ ਕੋਲ। ਕੋਈ ਨਾ ਕੋਈ ਉਹਦੇ 'ਚ ਕਮੀ ਰਹਿ ਜਾਂਦੀ ਹੈ। ਅਤ ਸੁੰਦਰ ਕੁਲੀਨ ਇਹ ਪੰਜ ਗੁਣ ਜੇ ਕਿਸੇ ਵਿੱਚ ਸਨ ਤੇ ਉਹ ਰਾਵਣ ਸੀ। ਇਹਨਾਂ ਪੰਜਾਂ ਗੁਣਾਂ ਨਾਲ ਜੇ ਕੋਈ ਭਰਪੂਰ ਸੀ ਤੇ ਉਹ ਰਾਵਣ ਸੀ। ਪਰ ਸਤਿਗੁਰਾਂ ਨੇ ਕਿਹਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਤੇ ਨਾਲ ਕਹਿ ਦਿੱਤਾ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇੰਨੇ ਗੁਣ ਹੁੰਦਿਆਂ ਜੇ ਸਤਿਗੁਰੂ ਨਾਲ ਪਿਆਰ ਨਹੀਂ, ਜੇ ਉਹ ਸੱਚ ਨੂੰ ਨਹੀਂ ਪਾਇਆ, ਫਿਰ ਕੁਛ ਵੀ ਹਾਸਲ ਨਹੀਂ ਕੀਤਾ। ਫਿਰ ਉਹ ਮ੍ਰਿਤਕ ਹੈ, ਮਰਿਆ ਹੋਇਆ ਹੈ। ਇੱਥੋਂ ਤੱਕ ਸਤਿਗੁਰੂ ਨੌਵੇਂ ਪਾਤਸ਼ਾਹ ਆਉਂਦੇ ਨੇ, ਜਿਹੇ ਪ੍ਰਾਣੀ ਕੇ ਨਾਹੀ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਸ ਮਨੁੱਖ ਦੇ ਅੰਦਰ ਗੁਰੂ ਦਾ ਪਿਆਰ ਨਹੀਂ, ਉਹ ਏਦਾਂ ਹੈ ਜਿਵੇਂ ਸੂਰ ਤੇ ਕੁੱਤਾ ਹੋਵੇ। ਤੇ ਆਂਦੇ ਜਿਹੜੇ ਜਪਦੇ ਨੇ ਰਾਮ ਨਾਮ ਉਰ ਮਹਿ ਗਇਓ ਜਾ ਕੇ ਸਮ ਨਹੀਂ ਕੋਏ। ਆਂਦੇ ਜਿਹੜੇ ਜਪਦੇ ਨੇ, ਜਿਹੜੇ ਨਾਮ ਜਪਦੇ ਨੇ, ਉਹਨਾਂ ਦੇ ਬਰਾਬਰ ਕੋਈ ਹੈ ਹੀ ਨਹੀਂ, ਉਹਨਾਂ ਦੇ ਬਰਾਬਰ ਕੋਈ ਨਹੀਂ ਜਿਹੜੇ ਨਾਮ ਜਪਦੇ ਨੇ। ਨੌਵੇਂ ਪਾਤਸ਼ਾਹ ਦਾ ਫੁਰਮਾਨ ਹੈ। ਨਾਮ ਕੀ ਏ? ਤੁਸੀਂ ਜਦੋਂ ਬੱਚਾ ਜਨਮ ਲੈਂਦਾ ਉਹਦਾ ਨਾਮ ਰੱਖਦੇ ਹੋ। ਹੁਣ ਜੇ ਬੱਚੇ ਦਾ ਨਾਮ ਹੀ ਨਾ ਰੱਖੀਏ ਤੇ ਫਿਰ ਉਹਦਾ ਜੀਵਨ ਕਿਹੋ ਜਿਹਾ ਹੋਵੇਗਾ? ਆਧਾਰ ਕਾਰਡ, ਪੈਨ ਕਾਰਡ, ਸਰਟੀਫਿਕੇਟ ਜਾਂ ਕਿਸੇ ਬੁਲਾਉਣਾ ਕੀ ਕਹਿ ਕੇ ਬੁਲਾਏਗਾ? ਛੁੱਟੀ ਕੁਛ ਵੀ ਨਹੀਂ, ਉਹ ਵਿਚਾਰਾ ਗੂੰਗਾ ਬੋਲਾ ਬਦਲੀਏ ਜਿਹਦਾ ਨਾਂ ਹੀ ਨਹੀਂ ਹੈਗਾ। ਜਨਮ ਲੈਂਦੇ ਆ ਬੱਚੇ ਦਾ, ਸਭ ਜਨਮ ਨਹੀਂ, ਜਨਮ ਤੋਂ ਪਹਿਲਾਂ ਹੀ ਵਿਚਾਰਾਂ ਹੁੰਦੀਆਂ ਨੇ ਇਹਦਾ ਨਾਂ ਕੀ ਰੱਖੀਏ, ਇਹਦਾ ਨਾਮ ਕੀ ਰੱਖਣਾ। ਨਾਮ 'ਚ ਕਿੱਡੀ ਤਾਕਤ ਏ! ਨਾਮ ਤੋਂ ਬਿਨਾਂ ਵਜੂਦ ਹੀ ਨਹੀਂ, ਨਾਮ ਤੋਂ ਬਿਨਾਂ ਕੁਛ ਵੀ ਨਹੀਂ। ਆਂਦੇ ਨਾਮ, ਜਦੋਂ ਬੱਚੇ ਦਾ ਨਾਮ ਰੱਖ ਦਈਏ ਨਾ ਤੇ ਪਹਿਲੇ ਪਿਆਰ ਲੱਗਾ ਥਣ ਦੁੱਧ। ਬੱਚੇ ਨੂੰ ਪਿਆਰ ਹੁੰਦਾ ਹੈ ਮਾਤਾ ਦੇ ਨੀਰ ਨਾਲ, ਉਹ ਮਾਤਾ ਦਾ ਨੀਰ ਬੜੇ ਪ੍ਰੇਮ ਨਾਲ ਚੁੰਘਦਾ ਹੈ। ਪਰ ਜਦੋਂ ਉਹਨੂੰ ਉਸ ਮਾਤਾ ਦੇ ਦੁੱਧ ਪੀਂਦੇ ਨੂੰ ਆਵਾਜ਼ ਦਈਏ ਨਾ, ਉਹਦੇ ਨਾਮ ਲੈ ਕੇ, ਨਾਮ ਲੈ ਕੇ ਉਹਨੂੰ ਆਵਾਜ਼ ਮਾਰ ਦਈਏ, ਉਹ ਉਸੇ ਵੇਲੇ ਨੀਰ ਦਾ ਪ੍ਰੇਮ ਛੱਡ ਕੇ ਜਿੱਧਰੋਂ ਆਵਾਜ਼ ਆਈਏ ਉੱਧਰ ਅੱਖਾਂ ਘੁਮਾ ਕੇ ਵੇਖੇਗਾ। ਨਾਮ 'ਚ ਇੰਨੀ ਤਾਕਤ ਏ ਕਿ ਜਿਹੜਾ ਨਾਮ ਸਤਿਗੁਰ ਨੇ ਸਾਨੂੰ ਸਾਡੇ ਕੰਨਾਂ ਵਿੱਚ ਦਿੱਤਾ ਹੈ, ਉਸ ਅਕਾਲ ਪੁਰਖ ਦਾ ਹੈ। ਕੇਸੋ ਕੇਸੋ ਕੁਕੀਐ ਨਾ ਸੋਹੀਏ ਆਸਾਰ, ਦਿਵਸ ਰਾਤ ਕੇ ਕੁੱਕ ਨੇ ਕਭੂ ਤੇ ਸੁਣੇ, ਇੱਕ ਦਿਨ ਉਹ ਵੀ ਸਾਰੀਆਂ ਪ੍ਰੀਤਾਂ ਛੱਡ ਕੇ ਤੇਰੀ ਆਵਾਜ਼ ਸੁਣੇਗਾ। ਜਿਵੇਂ ਬਾਲਕ ਆਪਣੀ ਮਾਤਾ ਦੇ ਨੀਰ ਦਾ ਪ੍ਰੇਮ ਛੱਡ ਕੇ ਆਵਾਜ਼ ਜਿਹੜੇ ਪਾਸਿਓਂ ਆਈ ਏ, ਆਪਣੀ ਹਰਮਨ ਪਿਆਰੀ ਖੇਡ ਛੱਡ ਕੇ ਆਵਾਜ਼ ਜਿਹੜੇ ਪਾਸਿਓਂ ਆਈ ਏ, ਉਸ ਪਾਸੇ ਨੂੰ ਝਾਕਦਾ ਹੈ, ਫਿਰ ਗੁਰੂ ਵੀ ਆਪਣੀ ਸਮਾਧੀ ਛੱਡ ਕੇ
ਜਿਹੜੇ ਪਾਸਿਓਂ ਆਵਾਜ਼ ਆਉਂਦੀ ਹੈ ਉਸ ਪਾਸੇ ਨੂੰ ਨਾ ਠੁੱਸਦਾ, ਉਸ ਪਾਸੇ ਨੂੰ ਭੱਜਦਾ ਵੀ ਮੈਨੂੰ ਮੇਰੇ ਕਿਸੇ ਪ੍ਰੇਮੀ ਨੇ ਆਵਾਜ਼ ਦੇ ਕੇ ਬੁਲਾਇਆ। ਤੇ ਕਬੀਰ ਜੀ ਆਂਦੇ ਨੇ ਡਰੋ ਨਹੀਂ। ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਉਹਨੂੰ ਬੁਲਾਉਣਾ ਪੈਂਦਾ, ਕਿਹੜੇ ਕਿਹੜੇ ਨਾਵਾਂ ਨਾਲ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਠਾਕੁਰ ਐਸੋ ਨਾਮ ਤੁਮਾਰੋ, ਸਤਿਗੁਰੂ ਜੀ ਬਚਨ ਕਰਦੇ ਨੇ, ਹਾਂ ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, 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 ਹਾਂ ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਠਾਕੁਰ ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ, ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ, ਸ੍ਰਿਸ਼ਟ ਕੋ ਧਣੀ ਕਹੀ ਕਹੀ, ਹਾਂ ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ, ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ, ਸ੍ਰਿਸ਼ਟ ਕੋ ਧਣੀ ਕਹੀ ਜੈ, ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ, ਜਨ ਕੋ ਅੰਗ ਨਿਰਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਪਤਤ ਪਵਿੱਤਰ ਲੀਏ ਕਰ ਆਪਣੇ, 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 ਸਗਲ ਕਰਤ ਨਮਸਕਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਵਰਨ ਜਾਤ ਕੋ ਪੁੱਛੈ ਨਾਹੀ, ਵਰਨ ਜਾਤ ਕੋ ਪੁੱਛੈ ਨਾਹੀ, ਜਾਤ ਕੋ ਪੁੱਛੈ ਨਾਹੀ, ਜਾਤ ਕੋ ਪੁੱਛੈ ਨਾਹੀ, ਪਾਛੈ ਚਰਨ ਰਵਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ, ਐਸੋ ਨਾਮ ਤੁਮਾਰੋ ਠਾਕੁਰ, ਐਸੋ ਨਾਮ ਤੁਮਾਰੋ,
ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ ਮੁਕਤ ਪਇਓ ਚਮਿਆਰੋ। ਆਂਦੇ ਜਿਨੇ ਜਿਨੇ ਇਹਨੂੰ ਜਪਿਆ ਉਹਦਾ ਉਹਦਾ ਉਧਾਰ ਹੋਇਆ, ਉਹ ਤਰ ਗਿਆ, ਉਹ ਇਸ ਸੰਸਾਰ ਤੋਂ ਗੁਰੂ ਦੇ ਨਾਮ ਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਨਾਲ ਤਰਿਆ। ਨਾਮ ਦੇ ਕੈਸੇ ਕੈਸੇ ਗੁਣ ਗਾਓਗੇ, ਕੈਸੇ ਕੈਸੇ ਜਦੋਂ ਭਗਤ ਹੋ ਜਾਏ ਨਾਮ ਜਪੇ ਸਤਿਗੁਰੂ ਦਾ ਆਸਰਾ ਬਣਦਾ। ਕੀ ਹੋਇਆ, ਭਗਤ ਨਾਮਦੇਵ ਜੀ ਆਪਣੀ ਇੱਕ ਵਿਆਖਿਆ ਲਿਖਦੇ ਨੇ, ਬੜੇ ਵਧੀਆ ਤਪੀਸਰ ਭਗਤ ਹੋਏ ਨੇ ਭਗਤ ਨਾਮਦੇਵ ਜੀ, ਉਹ ਆਪਣੀ ਇੱਕ ਹੱਡ ਬੀਤੀ ਆਪ ਲਿਖਦੇ ਨੇ, ਨਾਮ ਦੀ ਕਿੰਨੀ ਤਾਕਤ ਹੈ ਸੰਸਾਰ ਤੇ ਮਨੁੱਖ ਨਾਮ ਜਪਣ ਆਇਆ, ਉਸ ਨਾਮ ਦੀ ਤਾਕਤ ਨਾਲ ਹਰ ਕਾ ਨਾਮ ਉਹਾਂ ਸੰਤੋਸਾ ਯਾਦ, ਉਸ ਨਾਮ ਨੇ ਸਾਡੀ ਜਿੱਥੇ ਸਹਾਇਤਾ ਕਰਨੀ ਜਿੱਥੇ ਅਸੀਂ ਮਰ ਕੇ ਜਾਣਾ ਹੈ, ਇਸ ਘਰ ਨੂੰ ਛੱਡ ਕੇ ਜਿਸ ਘਰ ਵਿੱਚ ਅਸੀਂ ਜਾਣਾ ਉੱਥੇ ਨਾਮ ਸਹਾਈ, ਇੱਥੇ ਵੀ ਨਾਮ ਸਹਾਈ। ਭਗਤ ਨਾਮਦੇਵ ਜੀ ਆਉਂਦੇ ਨੇ, ਭਗਤ ਨਾਮਦੇਵ ਜੀ ਦੇ ਸਮੇਂ ਇੱਕ ਸੁਲਤਾਨ, ਜੋ ਭਗਤ ਨਾਮਦੇਵ ਜੀ ਦੇ ਸਮੇਂ ਦਾ ਸੁਲਤਾਨ ਸੀ, ਮੁਹੰਮਦ ਬਿਨ ਤੁਗਲਕ ਉਹਦਾ ਨਾਂ ਸੀ, ਬੜਾ ਮਜ਼ਹਬ ਦਾ ਪੱਕਾ ਸੀ, ਇਸਲਾਮੀ ਸੀ। ਜਦੋਂ ਉਹਨੂੰ ਭਗਤ ਨਾਮਦੇਵ ਜੀ ਬਾਰੇ ਪਤਾ ਲੱਗਾ ਤੇ ਇਹਨੂੰ ਨਫ਼ਰਤ ਹੋਈ, ਈਰਖਾ ਕਹਿ ਸਕਦੇ ਹੋ, ਜਿਸ ਮਨੁੱਖ ਦੇ ਅੰਦਰ ਈਰਖਾ ਹੋਵੇ ਉਹ ਧਰਮੀ ਨਹੀਂ ਹੋ ਸਕਦਾ, ਜਿਸ ਮਨੁੱਖ ਦੇ ਅੰਦਰ ਦੂਈ ਗੱਲ ਆ ਜਾਏ ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਧਰਮ ਕਦੀ ਵੀ ਨਫ਼ਰਤ ਈਰਖਾ ਲੜਾਈ ਨਹੀਂ ਸਿਖਾਉਂਦਾ। ਜੇ ਕਿਤੇ ਆਉਂਦੀ ਹੈ ਉਸੇ ਵੇਲੇ ਸਮਝ ਲਓ ਸਾਡੇ 'ਚ ਕਿਤੇ ਕਮੀ ਹੈ, ਸਾਨੂੰ ਤੂੰ ਕਵੇਂ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ ਤੇ ਕੀ ਹੋਏਗਾ, ਦੇਹੀ ਰੋਗ ਨਾ ਲੱਗੇ ਤੇ ਪੱਲੇ ਸਭ ਕੁਛ ਪਾਏ। ਮੁਹੰਮਦ ਬਿਨ ਤੁਗਲਕ ਇਹਨੂੰ ਜਦੋਂ ਭਗਤ ਨਾਮਦੇਵ ਜੀ ਦਾ ਪਤਾ ਲੱਗਾ, ਇਹਦੇ ਮਨ ਵਿੱਚ ਆਈ ਕਿ ਇਹੋ ਜਿਹਾ ਮਨੁੱਖ ਇਸਲਾਮੀ ਹੋਣਾ ਚਾਹੀਦਾ, ਮੁਸਲਮਾਨ ਹੋਣਾ ਚਾਹੀਦਾ। ਇਹਨੇ ਭਗਤ ਨਾਮਦੇਵ ਜੀ ਨੂੰ ਬੜੇ ਸੁਨੇਹ ਭੇਜੇ ਵੀ ਰਾਮ ਦਾ ਨਾਮ ਛੱਡ ਦੇ ਤੇ ਇਸਲਾਮ ਕਬੂਲ ਕਰ ਲੈ, ਜਿੱਥੇ ਰਾਮ ਰਾਮ ਕਹਿਣਾ ਉੱਥੇ ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦੇ, ਤੇਰੀ ਜਾਨ ਬਚ ਜਾਏਗੀ। ਸੁਲਤਾਨਾ ਪੁੱਛੇ ਸੁਣ ਬੇਨਾਮਾ, ਸੱਦ ਲਿਆ ਇੱਕ ਦਿਨ ਤੇ ਗੁਰਬਾਣੀ ਸਤਿਗੁਰਾਂ ਦੇ ਨੇ ਆਂਦੇ ਨੇ, ਸੁਲਤਾਨਾ ਪੁੱਛੈ ਸੁਣ ਬੇਨਾਮਾ, ਸੁਲਤਾਨ ਪੁੱਛੈ ਸੁਣ ਬੇਨਾਮਾ। ਸੁਲਤਾਨ ਨੇ ਪੁੱਛਿਆ ਨਾਮਦੇਵ ਮੇਰੀ ਗੱਲ ਸੁਣ, ਦੇਖੋ ਰਾਮ ਤੁਮਾਰੇ ਕੰਮ, ਮੈਂ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦਾ, ਜਿਹੜਾ ਤੂੰ ਨਾਮ ਜਪਣਾ ਹੈ, ਮਾਲਾ ਫੇਰਨਾ ਹੈ, ਰਾਮ ਰਾਮ ਕਰਨਾ ਹੈ, ਮੈਨੂੰ ਵਿਖਾ ਖਾਂ ਤੇਰਾ ਰਾਮ ਕੀ ਤੇਰਾ ਸਵਾਰਦਾ ਹੈ। ਤੇ ਗੁਰਬਾਣੀ ਦਾ ਫਰਮਾਨ ਹੈ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ, ਪਰ ਜ਼ਰੂਰਤ ਹੈ ਭਗਤ ਬਣਨ ਦੀ।
ਨਾਮਾ ਸੁਲਤਾਨੇ ਬਾਦਲਾ। ਨਾਮਦੇਵ ਨੂੰ ਸੁਲਤਾਨ ਨੇ ਬੰਨ ਲਿਆ, ਪੈਰਾਂ ਨੂੰ ਹੱਥ ਕੜੀਆਂ, ਬੇੜੀਆਂ ਹੱਥਾਂ ਨੂੰ ਹੱਥ ਕੜੀਆਂ, ਤੇ ਲਿਜਾ ਕੇ ਇੱਕ ਖੁੱਲੇ ਮੈਦਾਨ ਵਿੱਚ ਧਰ ਦਿੱਤਾ ਤੇ ਉੱਥੇ ਮਜਲਸ ਲੋਕ ਇਕੱਠੇ ਕਰ ਲਏ। ਨਾਮਾ ਸੁਲਤਾਨੇ ਬਾਦਲਾ, ਨਾਮਦੇਵ ਨੂੰ ਸੁਲਤਾਨ ਨੇ ਬੰਨ ਲਿਆ ਤੇ ਕੀ ਕਿਹਾ, ਦੇਖੋ ਤੇਰਾ ਹਰ ਬੀਠਲਾ, ਮੈਂ ਤੇਰਾ ਰੱਬ ਵੇਖਣਾ ਚਾਹੁੰਦਾ, ਮੈਨੂੰ ਵਿਖਾ ਕਿੱਥੇ ਆ ਤੇਰਾ ਮਦਦ ਕਰਨ ਵਾਲਾ। ਉਹਨੇ ਆਖਿਆ, ਜੀ ਕਿਸ ਤਰ੍ਹਾਂ ਵੇਖਣਾ ਚਾਹੁੰਦੇ ਹੋ, ਕਿਸ ਰੂਪ ਵਿੱਚ ਵੇਖਣਾ ਚਾਹੁੰਦੇ ਹੋ? ਉਹਨੇ ਆਖਿਆ, ਉਹ ਮਰੀ ਹੋਈ ਗਾਂ ਪਈ ਵੇਹਣਾ। ਨਾਮਦੇਵ ਜੀ ਨੇ ਆਖਿਆ, ਹਾਂ ਗਊ ਏ, ਮਰ ਗਈ ਏ, ਪਈ ਏ, ਵੇਖ ਰਿਹਾ। ਆਖਿਆ, ਅੱਜ ਦਿਨੇ ਮਰੀ ਏ, ਬਿਸਮਿਲ ਗਊ ਦੇਹੋ ਜਿਵਾਏ, ਗੁਰਬਾਣੀ ਦਾ ਫਰਮਾਨ ਆਂਦੇ ਮਰੀ ਹੋਈ ਗਾਂ ਨੂੰ ਜਿੰਦਿਆਂ ਕਰਕੇ ਵਿਖਾ। ਭਗਤ ਦੀ ਪਰਖ ਕੀਤੀ, ਜਿਹੜਾ ਨਾਮ ਜਪਣਾ ਉਸ ਨਾਮ ਦੀ ਤਾਕਤ ਤੇ ਵਿਖਾ, ਗਾਂ ਮਰ ਗਈ ਇਹਨੂੰ ਜਿਉਂਦੀ ਕਰ ਦੇ, ਮੈਂ ਤੇਰੇ ਬੀਠਲੇ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦਾ। ਸੁਲਤਾਨ ਨੇ ਕਿਹਾ, ਬਿਸਮਿਲ ਗਊ ਦੇਹੋ ਜਿਵਾਏ, ਮਰੀ ਹੋਈ ਗਾਂ ਜਿਉਂਦੀ ਕਰ ਦੇ, ਨਾ ਤਰ ਗਰਦਨ ਮਾਰੋ ਠਾਏ, ਜੇ ਨਾ ਜੀਦੀ ਹੋਈ ਤਾਂ ਤੇਰੀ ਧੌਣ ਲਾ ਦਿਆਂਗਾ ਇੱਥੇ, ਫਿਰ ਤੂੰ ਝੂਠਾ ਹੈ, ਫਿਰ ਤੂੰ ਪਖੰਡੀ ਹੈ, ਫਿਰ ਤੇਰੇ ਵੱਸ ਕੁਛ ਵੀ ਨਹੀਂ। ਜਦੋਂ ਇੰਨੀਆਂ ਗੱਲਾਂ ਬਾਦਸ਼ਾਹ ਨੇ ਕੀਤੀਆਂ ਕਿ ਜੇ ਤੇਰੇ ਤੋਂ ਮਰੀ ਹੋਈ ਗਾਂ ਜਿਉਂਦੀ ਨਾ ਹੋਈ ਤੇ ਤੂੰ ਵੀ ਮਰ ਜਾਏਗਾ, ਜਾਂ ਤੇ ਗਾਂ ਜਿਉਂਦੀ ਕਰ, ਜਾਂ ਫਿਰ ਇਸਲਾਮ ਕਬੂਲ ਕਰ ਲੈ ਤੇ ਜਾਂ ਫਿਰ ਮੌਤ ਕਬੂਲ ਕਰ ਲੈ, ਇਹਨਾਂ ਚੋਂ ਤੇਰੀ ਸ਼ਰਤ ਹੈ। ਭਗਤ ਨਾਮਦੇਵ ਜੀ ਨੇ ਦੋਵੇਂ ਹੱਥ ਜੋੜੇ ਤੇ ਅੱਗੋਂ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਬਾਦਸ਼ਾਹ ਐਸੀ ਕਿਉਂ ਹੋ ਆਏ, ਬਾਦਸ਼ਾਹ ਕਦੀ ਏਦਾਂ ਵੀ ਹੋਇਆ, ਕਦੀ ਤੂੰ ਵੇਖਿਆ? ਬਿਸਮਿਲ ਕੀਆ ਨਾ ਜੀਵੈ ਕੋਈ, ਮਰਿਆ ਹੋਇਆ ਕਦੀ ਕੋਈ ਜਿਉਂਦਾ ਨਹੀਂ ਹੁੰਦਾ, ਤੇਰੀ ਗੱਲ ਗਲਤ ਹੈ, ਇਹ ਤੇਰੀ ਸ਼ਰਤ ਹੀ ਗਲਤ ਹੈ। ਮਰੀ ਹੋਈ ਗਾਂ ਨੂੰ ਜੀਂਦੇ ਆ ਉਹਨੂੰ ਕਹਿ ਰਿਹਾ, ਤੂੰ ਅੱਜ ਤੇ ਕਿਤੇ ਵੇਖਿਆ ਕੋਈ ਮਰਿਆ ਹੋਇਆ ਜਿੰਦਾ ਹੋਵੇ? ਉਹ ਆਂਦਾ, ਇਹੀ ਤੇ ਮੈਂ ਵੇਖਣਾ, ਤੂੰ ਰਾਮ ਰਾਮ ਜਪਣਾ, ਦਿਨ ਰਾਤ ਲੋਕਾਂ ਨੂੰ ਜਪਣ ਵਾਸਤੇ ਆਉਣਾ, ਉਪਦੇਸ਼ ਦੇਣਾ ਲੋਕਾਂ ਨੂੰ, ਮੈਂ ਵੇਖਾਂ ਤੇ ਸਹੀ ਉਹਦੀ ਤਾਕਤ, ਉਹਦੀ ਪਾਵਰ ਕਿੰਨੀ ਏ, ਮੈਨੂੰ ਉਹ ਪਾਵਰ ਵਿਖਾ। ਫਿਰ ਉਹਨੇ ਹੱਥ ਜੋੜੇ, ਮੇਰਾ ਕੀਆ ਕਸ਼ੂ ਨਾ ਹੋਏ। ਉਹਨੇ ਆਖਿਆ, ਗੱਲ ਇਹ ਆ, ਗਾਂ ਮਰੀ ਪਈ ਏ, ਮੈਨੂੰ ਨੀ ਪਤਾ ਜਿਉਂਦੀ ਹੋ ਸਕਦੀ ਕਿ ਨਹੀਂ ਹੋ ਸਕਦੀ, ਮੇਰਾ ਤੇ ਇੱਕ ਹੀ ਕੰਮ ਏ, ਨਾਮ ਜਪਣਾ, ਮੇਰਾ ਇੱਕ ਕੰਮ ਏ ਗੁਰੂ ਦੇ ਆਸ਼ੇ ਤੇ, ਉਹਦੀ ਕੀ ਮਰਜ਼ੀ ਏ, ਉਹ ਜਾਣੇ, ਮੇਰਾ ਨੌਕਰ ਥੋੜੀ ਏ। ਮਾਫ ਕਰਨਾ, ਕਈ ਵਾਰ ਅਸੀਂ ਸਮਝ ਲੈਂਦੇ ਹਾਂ ਕਿ ਖੋਰੇ ਉਹ ਸਾਡਾ ਨੌਕਰ ਏ, ਉਹਦੇ ਅੱਗੇ ਹੁਕਮ ਨਹੀਂ ਚੱਲਦਾ। ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਉਹਦੇ ਅੱਗੇ ਤੇ ਜੋਦੜੀ ਤੇ ਮਿੰਨਤ ਹੁੰਦੀ ਏ। ਮੈਨੂੰ ਨੀ ਪਤਾ, ਮੇਰਾ ਕੀ ਆ ਕਸ਼ੂ ਨਾ ਹੋਏ। ਭਗਤ ਨਾਮਦੇਵ ਜੀ ਨੇ ਆਖਿਆ, ਮੈਨੂੰ ਨੀ ਪਤਾ ਕੀ ਹੋਣ ਵਾਲਾ ਕੀ ਨਹੀਂ, ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਫਿਰ ਆਂਦੇ, ਕਿਹਨੂੰ ਪਤਾ? ਤੇ ਜਵਾਬ ਦਿੱਤਾ ਉਹਨੇ, ਕਰ ਹੈ ਰਾਮ
ਹੋਏ ਹੈ ਸੋਏ, ਜੋ ਰਾਮ ਕਰੇਗਾ ਉਹ ਹੋਵੇਗਾ, ਮੈਂ ਨਹੀਂ ਜੇ ਕਰ ਸਕਦਾ, ਮੇਰੀ ਕੋਈ ਵਾਹ ਨਹੀਂ। ਜਦੋਂ ਇੰਨੀਆਂ ਗੱਲਾਂ ਕੀਤੀਆਂ ਤੇ ਗੱਲ ਸੱਚ ਏ, ਅਸੀਂ ਰੱਬ ਦਾ ਭੇਦ ਨਹੀਂ ਪਾ ਸਕਦੇ, ਅਸੀਂ ਸਤਿਗੁਰ ਦੀ ਨਹੀਂ ਜਾਣ ਸਕਦੇ, ਸਾਨੂੰ ਸਤਿਗੁਰ ਦੀ ਰਜ਼ਾ ਦਾ ਨਹੀਂ ਪਤਾ। ਜੋਗੀ ਜਤੀ ਤਪੀ ਪਚ ਹਾਰੇ ਅਰਭਉ ਲੋਕ ਸਿਆਣੇ, ਪਰ ਅੱਗੇ ਕਹਿਤਾ ਹਰ ਕੀ ਗਤ ਨਾ ਹੋ ਜਾ। ਗੁਰੂ ਦੀ ਅਸੀਂ ਨਹੀਂ ਜਾਣ ਸਕਦੇ। ਹੁਣ ਤੇ ਇੱਥੇ ਹੋ ਗਿਆ ਨਾ, ਮੈਂ ਹਰ ਵਾਰੀ ਬੇਨਤੀ ਕਰਨਾ, ਹੁਣ ਤੇ ਇੱਥੇ ਇੱਕ ਅਰਦਾਸ ਪੂਰੀ ਹੋ ਜਾਏ ਤੇ ਸੰਤ ਬਣ ਜਾਈਦਾ। ਉੱਥੇ ਸੰਤ ਹੋ ਕੇ ਵੀ ਉਹਨੇ ਕਿਹਾ ਉਹ ਕਰੇਗਾ ਕਿ ਨਹੀਂ ਕਰੇਗਾ ਮੈਨੂੰ ਨਹੀਂ ਪਤਾ। ਇੱਥੇ ਟਿੱਕੇ ਦੀ ਅਰਦਾਸ ਪੂਰੀ ਹੋ ਜਾਏ ਤੇ ਉੱਥੇ ਦੁਆਲੇ ਦੁਆਲੇ ਫਿਰ ਆਖੀ ਦੈਣ ਦੇ ਵਰਗਾ ਹੀ ਕੋਈ ਨਹੀਂ। ਇਹ ਪੁੱਤਰ ਦਿੰਦਾ ਹੈ, ਦੁੱਧ ਦਿੰਦਾ ਹੈ। ਵੇਖੋ ਏਡੀ ਵੱਡੀ ਹਸਤੀ, ਮਹਾਨ ਹਸਤੀ, ਜਿਹਦੇ ਸ਼ਬਦ ਗੁਰਬਾਣੀ ਚ ਦਰਜ ਨੇ, ਉਹ ਹੱਥ ਜੋੜ ਕੇ ਆਉਂਦਾ ਹੈ, ਕਰੇ ਹੈ ਰਾਮ ਹੋਏ ਹੈ ਸੋਏ, ਮੈਨੂੰ ਨਹੀਂ ਪਤਾ ਉਹ ਕਰੇ ਨਾ ਕਰੇ ਮੇਰੀ ਕੋਈ ਵਾਹ ਨਹੀਂ, ਮੈਂ ਨਹੀਂ ਇਹ ਗਰੰਟੀ ਲੈਂਦਾ, ਉਹ ਮਾਲਕ ਏ, ਮੈਂ ਉਹਦਾ ਨੌਕਰ ਹਾਂ। ਨੌਕਰ ਦੀ ਵੀ ਕੋਈ ਹਿੰਮਤ ਵੀ ਕਵੇ ਮਾਲਕ ਨੂੰ ਇੰਜ ਨਹੀਂ ਤੇ ਇੰਜ ਕਰ, ਭਾਵੇਂ ਕਿਹਾ ਹੈ, ਇਹ ਨਿਮਰਤਾ ਦੀ ਇੱਕ ਵੱਡੀ ਨਿਸ਼ਾਨੀ ਹੈ। ਭਾਵੇਂ ਕਿਹਾ ਉੱਥੇ ਗੁਰ ਕੀ ਬਾਹਦੀ ਭਗਤ ਛੜਾਵੇ, ਜੇ ਇਹ ਗੱਲ ਨਾ ਵੀ ਗੁਰੂ ਦੀ ਬੰਦੀ ਭਗਤ ਛੁਡਾ ਸਕਦਾ ਹੈ, ਇੱਕ ਵਡਿਆਈ ਏ, ਆਪਣੇ ਭਗਤ ਨੂੰ ਇੱਕ ਵੱਡਾ ਅਹੁਦਾ ਹੈ, ਪਰ ਗੁਰੂ ਦੇ ਉੱਤੋਂ ਕੋਈ ਨਹੀਂ ਹੋ ਸਕਦਾ, ਗੁਰੂ ਦੀ ਰਜ਼ਾ ਨੂੰ ਕੋਈ ਨਹੀਂ ਜਾਣ ਸਕਦਾ, ਗੁਰੂ ਦੀ ਮਰਜ਼ੀ ਨੂੰ ਨਹੀਂ ਕੋਈ ਜਾਣ ਸਕਦਾ। ਗੁਰੂ ਦੀ ਮਰਜ਼ੀ ਨੂੰ ਸਮਝਣਾ, ਗੁਰੂ ਨੂੰ ਪਾਉਣਾ, ਫਿਰ ਏਦਾਂ ਜਿਵੇਂ ਕੁੱਜੀ ਵਿੱਚ ਹਾਥੀ ਪੈ ਜਾਏ, ਉਹ ਵੱਡਾ ਸਮਰੱਥ ਹੈ। ਭਗਤ ਨਾਮਦੇਵ ਜੀ ਡਰਦਿਆਂ ਕਿਹਾ ਮੈਨੂੰ ਨਹੀਂ ਜੇ ਪਤਾ, ਮੈਂ ਨਹੀਂ ਜਾਣਦਾ, ਮੈਂ ਕਹਿ ਦੇਵਾਂ ਖਾਂ ਜੀ ਹੁੰਦੀ ਹੋਵੇਗੀ, ਉਹ ਕਰੇ ਨਾ ਕਰੇ ਉਹਦੀ ਮਰਜ਼ੀ, ਤੂੰ ਜਿਹੜੀ ਸਜ਼ਾ ਲਾਉਣੀ ਉਹ ਲਾ। ਮੈਂ ਇਹ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਪੰਡਿਤ ਜੀ ਕਿਸੇ ਨੂੰ ਕਹਿ ਆ ਵੀ ਤੇਰੇ ਘਰੇ ਪੁੱਤਰ ਹੋਵੇਗਾ, ਸਤਿਕਾਰਯੋਗ ਮਾਰਤਮ ਪੰਡਿਤ ਗੋਪਾਲ ਸਿੰਘ ਜੀ, ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਕੋਲ ਆਏ ਤੇ ਅਰਜ ਕੀਤੀ, ਕਹਿ ਤੇ ਆਇਆ ਪਰ ਮੈਨੂੰ ਪਤਾ ਹੈ ਕਿਰਪਾ ਤੁਹਾਡੀ ਹੋਵੇਗੀ ਤੇ ਇਹ ਸੱਚ ਹੋਣਾ ਹੈ, ਮੇਰਾ ਉੱਥੇ ਜ਼ੋਰ ਨਹੀਂ, ਜ਼ੋਰ ਤੁਹਾਡਾ ਹੈ। ਸਤਿਗੁਰ ਆਖਿਆ ਚੰਗਾ ਬਈ, ਖੁਸ਼ ਹੋ ਗਿਆ, ਤੈਨੂੰ ਝੂਠੇ ਨਹੀਂ ਹੋਣ ਦਿੰਦੇ, ਸਮਾਂ ਪੈ ਕੇ ਉਹਦੇ ਘਰੇ ਪੁੱਤਰ ਹੋਇਆ। ਪਾਵਰ ਤੇ ਗੁਰੂ ਹੈ ਨਾ, ਭਗਤ ਨਾਮਦੇਵ ਜੀ ਨੇ ਆਖਿਆ ਉਹਦੀ ਪਾਵਰ ਹੈ, ਉਹ ਗਾਂ ਜਿਉਂਦੀ ਕਰੇ ਨਾ ਕਰੇ ਮੇਰੀ ਤੇ ਕੋਈ ਪਾਵਰ ਨਹੀਂ। ਬਾਦਸ਼ਾਹ ਚੜ੍ਹਿਓ ਹੰਕਾਰ, ਗੁਰਬਾਣੀ ਚਾਹੁੰਦੇ ਨੇ ਬਾਦਸ਼ਾਹ ਹੰਕਾਰ ਦੇ ਟੇਟੇ ਚੜ੍ਹਿਆ ਸੀ, ਇਹਨੂੰ ਗੁੱਸਾ ਆ ਗਿਆ। ਗਜ ਹਸਤੀ ਦੀਨੋ ਚਮਕਾਰ, ਆਖਿਆ ਹਾਥੀ ਲਿਆਓ, ਹੁਣ ਹਾਥੀ ਤੇ ਥੋੜਾ ਵੀ ਭਗਤ ਨਾਮ ਜੀ ਨੂੰ ਬਾ ਕੇ ਸੈਰ ਕਰਾਉਣੀ ਸੀ, ਆਖਿਆ ਹਾਥੀ ਲਿਆਓ ਇਹਨੂੰ ਕੁਚਲ ਦੇਵੇ, ਮਾਰ ਦੇਵੇ ਇਹਨੂੰ। ਗਜ ਹਸਤੀ ਦੀਨੋ ਚਮਕਾਰ, ਚਮਕਾ ਕੇ ਇੱਕ ਤਗੜਾ ਹਾਥੀ ਲੈ ਆਉਂਦਾ, ਭਾਵੇਂ ਇੱਕ ਪੈਰ ਦੇ ਥੱਲੇ ਪੂਰੇ ਭਗਤ ਨਾਮਦੇਵ ਜੀ ਨੂੰ ਉਹ ਕਰਕੇ ਤੇ ਫੇਰ ਦਿੰਦਾ, ਲੈ ਆਉਂਦਾ। ਜਦੋਂ ਸਾਰਿਆਂ ਦੇ ਵਹਿੰਦਿਆਂ ਭਗਤ ਨਾਮਦੇਵ ਜੀ ਨੂੰ ਵਿੱਚ ਕਾਹਰੇ ਰੱਖਿਆ ਹੋਇਆ ਤੇ ਹਾਥੀ ਲੈ ਆਉਂਦਾ ਤੇ ਉੱਥੇ ਭਗਤ ਨਾਮਦੇਵ ਜੀ ਦੀ ਮਾਈ ਵੀ ਬੈਠੀ ਹੋਈ ਸੀ, ਮਾਂ ਉਹ ਵੀ ਵੇਖਣ ਆਈ ਸੀ ਵੀ ਮੇਰੇ ਭਗਤ ਨਾਲ ਕੀ ਹੁੰਦੀ ਏ। ਸੱਚ ਤੇ ਇਹ ਜੇ
ਤੁਸੀਂ ਕਿਤੇ ਗੁਲਾਬ ਦੇ ਫੁੱਲਾਂ ਦੇ ਬਾਗ ਵਿੱਚ ਜਾਓ ਨਾ, ਤੁਹਾਨੂੰ ਫੁੱਲ ਚਾਹੀਦਾ ਗੁਲਾਬ ਦਾ, ਪਤਾ ਕਿਹੜਾ ਫੁੱਲ ਤੋੜੋਗੇ? ਜਿਹੜਾ ਸਭ ਤੋਂ ਸੋਹਣਾ ਤੇ ਵਧੇਰਾ ਖਿੜਿਆ ਹੋਵੇ। ਤੇ ਜੇ ਕਿਤੇ ਗੰਨਿਆਂ ਦੇ ਖੇਤ ਚ ਵੜ ਜਾਓ ਜ਼ਿਮੀਦਾਰਾਂ ਦੇ ਜਾ ਕੇ, ਤੇ ਗੰਨਾ ਵੀ ਉਹ ਭੰਨੋਗੇ ਚੰਗਾ ਰਸਿਆ ਹੋਵੇ ਤੇ ਚੰਗਾ ਮੋਟਾ ਸੋਹਣਾ ਹੋਵੇ। ਬਸ ਸੰਸਾਰ ਦੀ ਵੀ ਇਹ ਰੀਤ ਹੈ। ਚਰਖੜੀਆਂ ਤੇ ਤੱਤੀਆਂ ਤਵੀਆਂ ਤੇ ਬੰਦ ਬੰਦ ਵੀ ਉਹਨਾਂ ਦੇ ਕੱਟੇ ਜਾਂਦੇ ਨੇ ਜਿਹੜੇ ਦੁਨੀਆਂ ਨਾਲੋਂ ਵਧੇਰੇ ਪ੍ਰਫੁੱਲਤ ਤੇ ਸੋਹਣੇ ਤੇ ਉੱਚ ਵਿਚਾਰੀ ਹੋਣ। ਭਗਤ ਬਣਨਾ ਸੌਖਾ ਨਹੀਂ, ਭਗਤ ਬਣੋਗੇ ਤੇ ਚਮਕਾ ਕੇ ਹਾਥੀ ਆਏਗਾ ਹੀ ਆਏਗਾ। ਭਗਤ ਬਣੋਗੇ ਤੇ ਬਹੁਤ ਕੁਝ ਜਰਨਾ ਪਏਗਾ। ਕਿਉਂ? ਭਗਤਾ ਕੀ ਚਾਲ ਨਿਰਾਲੀ, ਚੱਲ ਹਾਂ ਨਿਰਾਲੀ, ਭਗਤਾ ਕੇਰੀ ਤੇ ਬਿਖਮ ਮਾਰਗ। ਹੁਣ ਤੇ ਬੜਾ ਸੌਖਾ ਹੋ ਗਿਆ, ਮਾਲਾ ਪਾਲੀ, ਕੱਪੜੇ ਪਾਲੇ, ਬੜੇ ਬੜੇ ਸੰਤ ਸੋਹਣੇ, ਚਾਰ ਪੰਜ ਲਫ਼ਜ਼ ਸੁਣਾ ਦਿੱਤੇ। ਕਿਆ ਬਾਤ ਹੈ! ਸੰਤ ਨੇ, ਸੰਤੋ ਨੇ ਜਿਹੜੇ ਸਮਾਜ ਦੀਆਂ ਬੁਰਿਆਈਆਂ ਨੂੰ ਦੂਰ ਕਰਨ ਵਾਸਤੇ ਲੋਕਾਂ ਦੀ ਹਰ ਤਰ੍ਹਾਂ ਦੀ ਮੁਸੀਬਤ ਨੂੰ, ਹਰ ਤਰ੍ਹਾਂ ਦੇ ਦੁੱਖ ਨੂੰ ਝੱਲਦੇ ਨੇ ਤੇ ਜਰਦੇ ਨੇ। ਇਹ ਨਹੀਂ ਵੀ ਚੰਗਾ ਵਧੀਆ ਐਂ ਨਜ਼ਾਰੇ ਨਾਲ ਵੇਖੋ ਨਾ, ਪੁਰਾਤਨ ਸਾਧੂਆਂ ਦਾ ਇਤਿਹਾਸ ਪੜ੍ਹ ਕੇ ਕੋਈ ਸੌਖਾ ਰਿਹਾ? ਕਿਉਂ? ਅੱਜ ਸੌਖੇ ਆ ਲੋਕ ਸਾਧੂ, ਕਿਉਂ ਸੌਖੇ ਨੇ? ਕੰਪੈਰੀਜ਼ਨ ਕਰ ਲੈਂਦੇ ਨੇ, ਕੋਈ ਡਰ ਨਹੀਂ, ਤੂੰ ਵੀ ਚੱਲ ਮੈਂ ਵੀ ਚੱਲਣਾ, ਬੁਰਿਆਈ ਨੂੰ ਕਹਿ ਦੇਣਾ ਤੂੰ ਵੀ ਤੁਰੇ ਚੱਲ ਮੈਂ ਵੀ ਤੁਰੇ ਚੱਲਣਾ, ਤੂੰ ਵੀ ਸੁੱਖ ਲੈ ਮੈਂ ਵੀ ਸੁੱਖ ਲੈਣਾ, ਨਾ ਮੈਂ ਤੈਨੂੰ ਡੱਕਾਂ ਨਾ ਤੂੰ ਮੈਨੂੰ ਡੱਕ। ਪਰ ਇਹ ਕੌਣ ਸਨ? ਇਹ ਉਹ ਸਨ ਜਿਨ੍ਹਾਂ ਕਿਹਾ ਬੇਸ਼ੱਕ ਜਾਨ ਚਲੀ ਜਾਏ, ਨਾਮ ਜਪਣ ਵਾਲੇ ਸਨ। ਨਾਮ ਜਪ ਕੇ ਆਤਮਾ ਬਲਵਾਨ ਹੁੰਦੀ ਹੈ, ਸੱਚ ਤੇ ਖੜੇ ਰਹਿ। ਤੇ ਜੇ ਸੱਚ ਤੇ ਨਹੀਂ ਨਾ ਖਲੋਣਾ, ਜੇ ਸੱਚ ਦਾ ਸਾਥ ਨਹੀਂ ਨਾ ਦੇਣਾ, ਮਾਲਾ ਫੇਰ ਕੇ, ਬਾਣੀ ਪੜ੍ਹ ਕੇ, ਸਵੇਰੇ ਉੱਠ ਕੇ ਤੇ ਖਲੋਣਾ ਫਿਰ ਝੂਠ ਦੇ ਨਾਲ, ਕਾਹਦੀ ਤੇਰੀ ਭਗਤ ਕਮਾਈ, ਫਿਰ ਕਾਹਦੀ ਉਹ ਕਮਾਈ ਹੈ, ਕਾਹਦੀ ਤੇਰੀ ਭਗਤ ਕਮਾਈ, ਡਰਨਾ ਹੈ ਸੱਚ ਬੋਲਣ ਤੋਂ, ਕਾਹਦੀ ਤੇਰੀ ਭਗਤ ਕਮਾਈ, ਡਰਨਾ ਹੈ ਸੱਚ ਬੋਲਣ ਤੋਂ, ਕਾਹਦੀ ਤੇਰੀ ਭਗਤ ਕਮਾਈ, ਡਰਨਾ ਹੈ ਸੱਚ ਬੋਲਣ ਤੋਂ, ਕਾਹਦੀ ਤੇਰੀ ਭਗਤ ਕਮਾਈ, ਡਰਨਾ ਸੱਚ ਬੋਲਣ ਤੋਂ, ਕਾਹਦੀ ਤੇਰੀ ਭਗਤ ਕਮਾਈ, ਡਰਨਾ ਸੱਚ ਬੋਲ ਕਾਦੀ ਤੇਰੀ ਭਗਤ ਕਮਾਈ, ਡਰਨਾ ਸੱਚ ਬੋਲਣ ਤੋਂ, ਕਾਦੀ ਤੇਰੀ ਭਗਤ ਕਮਾਈ, ਡਰਨਾ ਸੱਚ ਬੋਲਣ ਤੋਂ, ਕਾਦੀ ਤੇਰੀ ਭਗਤ ਕਮਾਈ, ਡਰਨਾ ਸੱਚ ਬੋਲਣ ਤੋਂ, ਕਾਦੀ ਤੇਰੀ ਭਗਤ ਕਮਾਈ। ਫਿਰ ਕਾਦੀ ਭਗਤੀ ਹੈ ਤੇ ਫਿਰ ਕਾਦੀਆਂ ਗੱਲਾਂ ਨੇ? ਜੇ ਭਗਤੀ ਕਰਕੇ ਵੀ ਸਾਥ ਝੂਠਦਾ ਹੀ ਦੇਣਾ ਤੇ ਮਾਲਾ ਫੇਰ ਲਈ, ਬਾਣੀ ਪੜ੍ਹ ਲਈ, ਬੱਲੇ ਬੱਲੇ ਅਸੀਂ ਭਗਤ ਹਾਂ। ਭਗਤ ਸੱਚ ਦਾ ਮਾਰਗ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਪਾਗੀ ਪਾਵ। ਸੰਤ ਹੋਏ ਜਿਹਨਾਂ ਮਾਰਗ ਸਿਰਫ ਤੇ ਸਿਰਫ ਧਰਮ ਦਾ ਹੈ। ਧਰਮ ਕੀ ਹੈ? ਚੰਗੀਆਂ ਗੱਲਾਂ। ਧਰਮ ਕਿਹਨੂੰ ਸਮਝਦੇ ਹੋ? ਜਿੱਥੇ ਚੰਗੀਆਂ ਗੱਲਾਂ ਨੇ ਉਹੀ ਧਰਮ ਹੈ। ਹੁਣ ਭਗਤ ਨਾਮਦੇਵ ਜੀ ਦੇ ਸਾਹਮਣੇ ਹਾਥੀ ਖਲੋਤਾ ਹੈ,
ਹਾਥੀ ਇੱਥੇ ਤੇ ਡੰਡਾ ਲੈ ਕੇ ਕੋਈ ਆ ਜਾਵੇ ਤੇ ਭਗਤ ਜੀ ਚੱਟ ਭੱਜ ਜਾਂਦੇ ਵੀ ਸਤਿ ਸ੍ਰੀ ਅਕਾਲ ਮੈਂ ਕੋਈ ਭਗਤ ਨਹੀਂ। ਹਾਥੀ ਲਿਆਣ ਖਿਲਾਰਿਆ ਵੀ ਇਹਦੇ ਸਿਰ ਦੇ ਉੱਤੇ ਰੱਖ ਕੇ ਹਾਥੀ ਦਾ ਪੈਰ ਇਹਦਾ ਸਿਰ ਫੇ ਦਿਓ। ਜਦੋਂ ਵੇਖਿਆ ਨਾ ਸੱਚ ਵੇਖੋ ਭਗਤ ਕਿੱਡਾ ਸੱਚ ਹੈ, ਨਾਮ ਜਪਣ ਵਾਲਿਆਂ ਵਿੱਚ ਕਿੰਨੀ ਸੱਚਾਈ ਹੈ। ਜਦੋਂ ਹਾਥੀ ਲਿਆਂਦਾ ਤੇ ਕੀ ਲਿਖਦੇ ਨੇ ਗੁਰਬਾਣੀ ਵਿੱਚ, ਰੁਦਨ ਕਰੇ ਨਾਮੇ ਕੀ ਮਾਈ, ਮਾਂ ਰੋਣ ਲੱਗ ਪਈ, ਹਾਏ ਭਗਤ ਨਾਮਦੇਵ ਜੀ ਨੂੰ ਵੇਖ ਕੇ, ਹਾਏ ਮੇਰਾ ਪੁੱਤਰ, ਰੁਦਨ ਕਰੇ ਨਾਮੇ ਕੀ ਮਾਈ, ਮਾਂ ਰੋਂਦੀ ਏ ਨਾਮੇ ਦੀ, ਤੇ ਕੀ ਆਖੇ, ਛੋੜ ਰਾਮ ਕੀ ਨਾ ਭਜੈ ਖੁਦਾਏ, ਛੱਡ ਦੇ ਰਾਮ ਰਾਮ ਕਹਿਣਾ, ਤੂੰ ਖੁਦਾ ਖੁਦਾ ਕਹਿ ਦੇ। ਪੁੱਤਰ ਨੂੰ ਕਹਿੰਦੀ ਰੋ ਕੇ, ਜਾਨ ਬਚ ਜਾਏਗੀ। ਹੁਣ ਉਹ ਪੁੱਤਰ ਤੇ ਭਗਤ ਸੀ ਨਾ, ਵੇਖੋ ਕਿੱਡੀ ਵੱਡੀ ਸਿੱਖਿਆ। ਪੁੱਤਰ ਭਗਤ ਸਤਿਗੁਰਾਂ ਦੇ ਉਪਦੇਸ਼ ਵਿੱਚ ਆਉਂਦਾ। ਕਈ ਵਾਰ ਬੱਚਿਆਂ ਦਾ ਰਸਤਾ ਸਹੀ ਹੁੰਦਾ ਤੇ ਮਾਪਿਆਂ ਦਾ ਗਲਤ ਹੋ ਜਾਂਦਾ, ਜ਼ਰੂਰੀ ਨਹੀਂ, ਬੜੀ ਵਾਰ ਹੋ ਜਾਂਦਾ। ਫਰਮਾਨ ਹੈ ਭਗਤ ਨਾਮ ਦੇ ਜਿਹਨੂੰ ਮਾਂ ਕਹਿ ਰਹੀ ਹੈ, ਰਾਮ ਰਾਮ ਕਹਿਣਾ ਛੱਡ ਦੇ। ਤੇ ਪ੍ਰਹਲਾਦ ਦਾ ਵੀ ਤੇ ਪਿਤਾ ਹੀ ਸੀ ਨਾ ਹਰਨਾਕਸ਼। ਹੁਣ ਇੱਥੇ ਹਿਸਾਬ ਲਾ ਲਓ ਵੀ ਪਿਤਾ ਗਲਤ ਸੀ ਕਿ ਪੁੱਤਰ। ਉਹ ਆਉਂਦੇ ਆ, ਛੋੜ ਰਾਮ ਕੀ ਮੈਂ ਭਜੇ ਖੁਦਾਏ, ਤੂੰ ਛੱਡ ਦੇ ਰਾਮ ਕਹਿਣਾ, ਇੱਕ ਰਾਹ ਖੁਦਾ ਕਹਿ ਦੇ, ਜਿੰਦ ਛੁੱਟ ਜਾਏਗੀ। ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਪੁੱਤਰ ਸ਼ਹੀਦ ਨੂੰ ਬਚਾ ਸਕਦੇ ਸਨ, ਇੱਕ ਰਾਹ ਰਾਮ ਦੀ ਥਾਂ ਖੁਦਾ ਅੱਲਾ ਕਹਿ ਕੇ ਪਿਆ ਦੇ ਚੰਗਾ ਵੀ ਬਚ ਗਏ, ਪਰ ਨਹੀਂ ਇਹ ਧਰਮ ਹੀ ਨਹੀਂ। ਜ਼ੋਰ ਕੀਆ ਇਹਦੇ ਚ ਫਰਕ ਨਹੀਂ ਵੀ ਅੱਲਾ ਤੇ ਰਾਮ ਚ ਫਰਕ ਹੈ, ਗੁਰੂ ਗੁਰੂ ਚ ਕੋਈ ਫਰਕ ਹੈ ਨਹੀਂ। ਆਓ ਰੱਬ ਦਾ ਲਈਏ ਨਾਮ, ਗੁਰੂ ਗੁਰੂ ਜਾਂ ਅੱਲਾ ਰਾਮ, ਸਭਨਾ ਦਾ ਇੱਕੋ ਹੈ ਅਰਥ, ਲੋਕਾਂ ਦੀ ਖਿੱਚ ਤਾਣ ਵਿਅਰਥ, ਮੰਗ ਦੁਆ ਜਾਂ ਕਰ ਅਰਦਾਸ, ਸਭ ਪਹੁੰਚੇ ਮਾਲਕ ਪਾਸ। ਪਰ ਫਿਰ ਫਰਕ ਕੀ ਹੈ, ਜੋ ਕੀਆ ਸੋ ਜੁਰਮ ਹੈ, ਕਿਸੇ ਨੂੰ ਧੱਕੇ ਨਾਲ ਕਹਿਣਾ ਧਰਮ ਬਦਲ ਇਹ ਪਾਪ ਹੈ, ਕਿਸੇ ਨੂੰ ਧੱਕੇ ਨਾਲ ਕਹਿਣਾ ਵੀ ਨਹੀਂ ਆਉਂ ਚੱਲ ਇਹ ਪਾਪ ਹੈ। ਭਗਤ ਕਦੀ ਇਹ ਨਹੀਂ ਜਰਦਾ, ਨਹੀਂ ਜਰਿਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਕਮ ਕੀਤਾ ਮੈਂ ਜਨੇਊ ਨਹੀਂ ਪਾਉਣਾ, 8-9 ਸਾਲ ਦੀ ਸ਼ਾਇਦ ਉਮਰ ਸੀ, ਮੈਂ ਜਨੇਊ ਨਹੀਂ ਪਾਉਣਾ। ਜਨੇਊ ਨਾਲ ਨਫ਼ਰਤ ਥੋੜਾ ਸੀ, ਜੇ ਜਨੇਊ ਨਾਲ ਨਫ਼ਰਤ ਹੁੰਦੀ ਤੇ ਨੌਵੇਂ ਪਾਤਸ਼ਾਹ ਜਨੇਊ ਦੀ ਰੱਖਿਆ ਵਾਸਤੇ ਸੀਸ ਨਾ ਦਿੰਦੇ। ਨਫ਼ਰਤ ਸੀ, ਤੁਸੀਂ ਧੱਕੇ ਨਾਲ ਪਾਉਣ ਆਏ ਹੋ, ਧੱਕੇ ਨਾਲ ਮੈਂ ਜਨੇਊ ਨਹੀਂ ਪਾਉਣਾ। ਜਦੋਂ ਮੇਰੀ ਸੁਰਤ ਮੰਨੇਗੀ, ਜਦੋਂ ਮੇਰਾ ਮਨ ਮੰਨੇਗਾ, ਜਦੋਂ ਮੈਨੂੰ ਇਹਦਾ ਗਿਆਨ ਹੋਵੇਗਾ, ਮੈਂ ਫਿਰ ਪਾਵਾਂਗਾ, ਉਦੋਂ ਪਹਿਲਾਂ ਨਹੀਂ ਮੈਂ ਪਾਵਾਂਗਾ। ਪਹਿਲਾਂ ਮੈਨੂੰ ਗਿਆਨ ਤੇ ਕਰਾਓ ਨਾ, ਧੱਕੇ ਨਾਲ ਫੜ ਕੇ ਤੁਸੀਂ ਚੀਜ਼ ਮੈਨੂੰ ਥੋਪ ਦਿਓ, ਇਹ ਨਹੀਂ ਹੋ ਸਕਦਾ। ਜੇ ਤੁਸੀਂ ਮੈਨੂੰ ਗਿਆਨ ਨਹੀਂ ਦੇ ਸਕਦੇ ਤੇ ਚਲੇ ਜਾਓ, ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ, ਧਨ ਸਮਾਨ ਸਨਾਨ ਕਰ ਜੋ ਗੱਲ ਚਲੇ ਪਾਏ। ਧਨ ਉਹ ਨੇ ਜਿਹੜੇ ਇਹ ਜਨੇਊ ਗੱਲ ਚ ਪਾਉਂਦੇ ਨੇ, ਸੱਚ ਦਾ। ਸੱਚ ਕੀ ਹੈ, ਸੜ ਨਹੀਂ ਸਕਦਾ, ਟੁੱਟ ਨਹੀਂ ਸਕਦਾ, ਮੈਲਾ ਨਹੀਂ ਹੁੰਦਾ, ਖੋ ਨਹੀਂ ਸਕਦਾ, ਗਵਾਚਦਾ ਨਹੀਂ। ਜੇ ਸੱਚ ਦਾ ਜਨੇਊ ਹੈ ਉਹ ਮੈਨੂੰ ਪਾਓ, ਤੇ ਨੌਵੇਂ ਪਾਤਸ਼ਾਹ ਦੇ ਨੇ ਜਿਹੜਾ ਜਨੇਊ ਗਲ ਵਿੱਚ ਪਾਇਆ ਮੈਂ ਇਹ ਨਹੀਂ ਲਾਉਣ ਦੇਣਾ। ਤੇ ਸੀਸ ਕੁਰਬਾਨ ਕਰਾਉਂਦੇ ਨੇ, ਕੀ ਸੀ, ਉੱਥੇ ਧੱਕੇ ਨਾਲ ਪਾਇਆ ਜਾ ਰਿਹਾ ਸੀ, ਉੱਥੇ ਧੱਕੇ ਨਾਲ ਲਾਇਆ ਜਾ ਰਿਹਾ ਸੀ, ਜਿੱਥੇ ਧੱਕਾ ਹੋਏਗਾ ਉੱਥੇ ਭਗਤ ਖੋਏਗਾ। ਮਾਂ ਨੇ ਰੋ ਕੇ ਆਖਿਆ, ਰਾਮ ਰਾਮ ਕਹਿਣਾ ਛੱਡ ਦੇ,
ਖੁਦਾ ਖੁਦਾ ਕਹਿ ਦੇ। ਜਦੋਂ ਇੰਨੀ ਗੱਲ ਸੁਣੀ ਨਾ ਤੇ ਭਗਤ ਨਾਮਦੇਵ ਨੇ ਜਵਾਬ ਦਿੱਤਾ, ਉਹਨਾਂ ਕਿਹਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ, ਮੈਂ ਤੇਰਾ ਪੁੱਤਰ ਨਹੀਂ ਤੇ ਤੂੰ ਮੇਰੀ ਮਾਂ ਨਹੀਂ, ਨਾ ਮੈਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ, ਮੈਂ ਤੇਰਾ ਪੁੱਤਰ ਨਹੀਂ ਤੂੰ ਮੇਰੀ ਮਾਂ ਨਹੀਂ, ਪਿੰਡ ਪੜਿਆ ਤੋ ਹਰ ਗੁਣ ਗਾਏ, ਮਰ ਜਾਵਾਂਗਾ ਪਰ ਮੇਰੇ ਸਰੀਰ ਵਿੱਚੋਂ ਗੁਰੂ ਦੇ ਗੁਣਾਂ ਦੇ ਗਾਣ ਹੋਏਗਾ, ਉਹ ਨਹੀਂ ਮੈਂ ਛੱਡ ਸਕਦਾ, ਉਹ ਨਹੀਂ ਛੁੱਟੇਗਾ, ਉਹ ਗੁਣ ਜਿਹੜੇ ਮੈਂ ਪਰਮੇਸ਼ਰ ਰਾਮ ਦੇ ਜਪਦਾ ਰਹਾਂਗਾ। ਜਦੋਂ ਇੰਨੀ ਗੱਲ ਆਖੀ ਤੇ ਬਾਦਸ਼ਾਹ ਨੇ ਇਸ਼ਾਰਾ ਕੀਤਾ, ਇਸ਼ਾਰਾ ਕੀ ਕੀਤਾ ਵੀ ਮਾਰ ਦਿਓ, ਕਰੇ ਗਜਿੰਦ ਸੁੰਡ ਕੀ ਚੋਟ, ਹਾਥੀ ਨੇ ਉਹ ਕਰਕੇ ਜਦੋਂ ਸੁੰਡ ਮਾਰੀ, ਨਾਮਾ ਉਭਰੇ ਹਰ ਕੀ ਓਟ, ਸਤਿਗੁਰੂ ਦੇ ਨਾਮ ਨੇ ਸਹਾਇਤਾ ਕੀਤੀ, ਉਹਨੂੰ ਸੱਟ ਨਹੀਂ ਲੱਗੀ, ਉਹਨੂੰ ਚੋਟ ਨਹੀਂ ਲੱਗੀ। ਕਾਜੀ ਮੁੱਲਾ ਕਰੇ ਸਲਾਮ, ਸਾਰੀ ਜਿੰਨੀ ਜਨਤਾ ਖੜੀ ਸੀ ਉਹ ਭਾਵੇਂ ਕਾਜੀ ਸਨ ਮੁੱਲੇ ਸਨ, ਉਹਨਾਂ ਸਾਰਿਆਂ ਦਵਾ ਦਵੀ ਹੱਥ ਜੋੜ ਲਏ, ਵਾਹ 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 ਇਹਨੂੰ ਨਾਮ ਨੇ ਬਚਾ ਲਿਆ। ਪਰ ਜਦੋਂ ਬਾਦਸ਼ਾਹ ਨੇ ਵੇਖਿਆ ਵੀ ਖਲਕਤ ਦੇ ਵਿੱਚੋਂ ਵਾਹ ਵਾਹ ਦੀ ਆਵਾਜ਼ ਆਈ, ਹੋ ਹੋ ਕਿਆ ਬਾਤ ਹੈ, ਕੋਈ ਅੱਲਾ ਅੱਲਾ ਕਹਿ ਉੱਠਿਆ, ਕੋਈ ਗੁਰੂ ਗੁਰੂ ਕਹਿ ਉੱਠਿਆ, ਕੋਈ ਰਾਮ ਰਾਮ ਕਹਿ ਉੱਠਿਆ, ਵੀ ਨਾਮਦੇਵ ਜੀ ਬਚ ਗਏ, ਇਹਨੇ ਹਿੰਦੂ ਮੇਰਾ ਮੱਲਿਆ ਮਾਨ। ਉਹਨੇ ਆਖਿਆ ਉਹ ਮੈਂ ਏਡਾ ਵੱਡਾ ਰਾਜਾ, ਇਹਨੇ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ, ਇਹਨਾਂ ਲੋਕਾਂ ਨੇ ਆਖਣਾ ਏਡੇ ਵੱਡੇ ਰਾਜੇ ਤੋਂ ਇੱਕ ਨਾਮਦੇਵ ਸੂਤ ਨਹੀਂ ਹੋ ਸਕਿਆ। ਜਦੋਂ ਇਹਨੀ ਸੋਚ ਰਿਹਾ ਸੀ ਨਾ ਤੇ ਖਲਕਤ ਦੇ ਲੋਕ ਜਨਤਾ ਇਕੱਠੀ ਹੋ ਕੇ ਬਾਦਸ਼ਾਹ ਉਹਦੇ ਕੋਲ ਚਲੀ ਗਈ, ਆਂਦੇ ਆ ਬਾਦਸ਼ਾਹ ਬੇਨਤੀ ਸੁਣੋ, ਮਹਾਰਾਜ ਸਾਡੀ ਗੱਲ ਸੁਣੋ, ਨਾਮੇ ਸਰ ਪਰ ਸੋਨਾ ਲਿਓ, ਨਾਮੇ ਦੇ ਸਿਰ ਥਣੀ ਸੁੱਤੇ ਨੂੰ ਤੋਲੋ, ਜਿੰਨਾ ਸੋਨਾ ਕਹਿੰਦੇ ਹੋ ਦੇ ਦਿੰਦੇ ਆ ਪਰ ਭਗਤ ਨੂੰ ਛੱਡ ਦਿਓ। ਉਹ ਗੋਂਦਾ ਮਾਲ ਲਿਓ ਤੇ ਦੋਜਕ ਭਰੋ, ਮੈਂ ਨੀ ਸੋਨਾ ਲੈਣਾ, ਜੇ ਮੈਂ ਇਸ ਨੂੰ ਛੱਡ ਦਿਆਂ ਤੇ ਸੋਨਾ ਲੈ ਲਵਾਂ ਤੇ ਮੈਂ ਨਰਕਾਂ ਜਾਵਾਂਗਾ। ਇੰਨਾ ਗਿਆਨ ਹੈ ਪਰ ਕਿਸੇ ਨਾਲ ਧੱਕਾ ਹੋ ਰਿਹਾ ਇਹ ਗਿਆਨ ਨਹੀਂ, ਕਿਉਂਕਿ ਹੰਕਾਰ ਇਹ ਸਮਝ ਨਹੀਂ ਆਉਣ ਦਿੰਦਾ। ਦੀਨ ਛੋੜ ਦੁਨੀਆਂ ਕੋ ਭਰੋ, ਆਪਣਾ ਧਰਮ ਛੱਡ ਕੇ ਦੁਨੀਆਂ ਦੀ ਗੱਲ ਮੰਨਾ, ਇਹਨੂੰ ਆਖੋ ਰਾਮ ਦਾ ਨਾਮ ਛੱਡ ਦੇ। ਜਦੋਂ ਇੰਨੀ ਗੱਲ ਆਖੀ ਸੁਣੋ, ਪਾਵ ਉਹ ਬੇੜੀ ਹੱਥੋ ਤਾਲ, ਬੇੜੀਆਂ ਪਈਆਂ ਸਨ ਪੈਰਾਂ ਵਿੱਚ ਭਗਤ ਨਾਮਦੇਵ ਜੀ ਦੇ, ਤੇ ਬੇੜੀਆਂ ਪਈਆਂ ਦੇ ਵਿੱਚ ਵੀ ਉਹਨਾਂ ਨੇ ਉਹਨਾਂ ਬੇੜੀਆਂ ਦਾ ਤਾਲ ਬਣਾਇਆ, ਤਾਲ ਪਾਵ ਉਹ ਬੇੜੀ ਹੱਥੋ ਤਾਲ, ਉਹਨਾਂ ਹੱਥਾਂ ਦੇ ਨਾਲ ਤਾਲ ਬਣਾ ਕੇ ਤੇ ਵਜਾਇਆ, ਜਿਵੇਂ ਆਪਾਂ ਛੈਣੇ ਵਜਾਉਂਦੇ ਹਾਂ, ਢੋਲਕੀ ਵਜਾਉਂਦੇ ਹਾਂ, ਤੇ ਨਾਮਾ ਗਾਵੇ ਗੁਣ ਗੋਪਾਲ, ਤੇ ਭਗਤ ਨਾਮਦੇਵ ਜੀ ਆਪਣੇ ਗੁਰੂ ਦੇ ਗੁਣ ਗਾਉਣ ਲੱਗ ਪਏ। ਗੁਣ ਗਾਉਂਦੇ ਨੇ ਆਪਣੇ ਸਤਿਗੁਰੂ ਦੇ, ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ ਦਰ ਤੇ ਜਾਣ ਦਿਓ, ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ ਦਰ ਤੇ ਜਾਣ ਦਿਓ, ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ ਦਰ ਤੇ ਜਾਣ ਦਿਓ, ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ
ਦਰ ਤੇ ਜਾਣ ਲਿਓ। ਹਾਂ ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ ਦਰ ਤੇ ਜਾਣ ਦਿਓ। ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ ਦਰ ਤੇ ਜਾਣ ਦਿਓ। ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ ਦਰ ਤੇ ਜਾਣ ਦਿਓ। ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰੂ ਦੇ ਦਰ ਤੇ ਜਾਣ ਦਿਓ। ਮੈਂ ਤੇ ਹੋ ਗਈ ਸਤਿਗੁਰ ਜੋਗੀ, ਸਤਿਗੁਰ ਜੋਗੀ ਰਹਿਣ ਦਿਓ। ਮੈਂ ਤੇ ਹੋ ਗਈ ਸਤਿਗੁਰ ਜੋਗੀ, ਸਤਿਗੁਰ ਜੋਗੀ ਰਹਿਣ ਦਿਓ। ਮੈਂ ਤੇ ਹੋ ਗਈ ਸਤਿਗੁਰ ਜੋਗੀ, ਸਤਿਗੁਰ ਜੋਗੀ ਰਹਿਣ ਦਿਓ। ਮੈਂ ਤੇ ਹੋ ਗਈ ਸਤਿਗੁਰ ਜੋਗੀ, ਸਤਿਗੁਰ ਜੋਗੀ ਰਹਿਣ ਦਿਓ। ਦਿਲ ਵਿੱਚ ਪ੍ਰੇਮ ਉਛਾਲਾ ਉੱਠਦਾ, ਵਸ ਮੇਰੇ ਦੀ ਗੱਲ ਨਹੀਂ। ਦਿਲ ਵਿੱਚ ਪ੍ਰੇਮ ਉਛਾਲਾ ਉੱਠਦਾ, ਵਸ ਮੇਰੇ ਦੀ ਗੱਲ ਨਹੀਂ। ਦਿਲ ਵਿੱਚ ਮੇਰੇ ਉਛਾਲਾ ਉੱਠਦਾ, ਵਸ ਮੇਰੇ ਦੀ ਗੱਲ ਨਹੀਂ। ਬਸ ਮੇਰੇ ਦੀ ਗੱਲ ਨਹੀਂ। ਅੱਖੀਆਂ ਵਿੱਚੋਂ ਅਥਰੂ ਬਹਿੰਦੇ ਬਹਿੰਦੇ ਆਤੇ ਬਹਿਣ ਦਿਓ। ਅੱਖੀਆਂ ਵਿੱਚੋਂ ਅਥਰੂ ਵਹਿੰਦੇ ਵਹਿੰਦੇ ਆਤੇ ਬਹਿਣ ਦਿਓ। ਅੱਖੀਆਂ ਵਿੱਚੋਂ ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰਾਂ ਦੇ ਦਰ ਤੇ ਜਾਣ ਦਿਓ। ਨਾ ਰੋਕੋ ਮੈਨੂੰ ਦੁਨੀਆ ਵਾਲਿਓ, ਗੁਰਾਂ ਦੇ ਦਰ ਤੇ ਜਾਣ ਦਿਓ। ਭਗਤ ਨਾਮਦੇਵ ਜੀ ਨੇ ਵੀ ਕਿਹਾ, ਗੰਗ ਜਮਨ ਜੋ ਉਲਟੀ ਬਹਿ, ਗੰਗਾ ਜਮਨਾ ਪੁੱਠੀਆਂ ਵਹਿਣਾ ਸ਼ੁਰੂ ਹੋ ਜਾਣ, ਤੋ ਨਾਮਾ ਹਰ ਕਰਤਾ ਰਹਿ। ਨਾਮਾ ਤੇ ਆਪਣੇ ਗੁਰੂ ਦੇ ਗੁਣ ਗਾਉਂਦਾ ਹੀ ਰਹੇਗਾ, ਇਹ ਨਹੀਂ ਛੱਡੇਗਾ। ਸਾਤ ਘੜੀ ਜਬ ਬੀਤੀ ਸੁਣੀ, ਦਿਨ ਲੰਘਣ ਤੇ ਆ ਗਿਆ। ਅਜ ਹੁਣ ਆਇਓ ਤ੍ਰੀ ਭਵਨ ਧਣੀ, ਅਜੇ ਤੱਕ ਵਿਸ਼ਨੂੰ ਭਗਵਾਨ ਆਏ ਹੀ ਨਹੀਂ, ਅਜੇ ਤੱਕ ਨਹੀਂ ਆਇਆ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ। ਛੇਤੀ ਕਾਲੇ ਪੈ ਜਾਂਦੇ ਆ ਆਪਾਂ ਵੀ, ਹਾਏ। ਪਹਿਲੀ ਤੇ ਗੱਲ ਇਹ ਆ, ਸੁਣਿਓ ਬੜੇ ਧਿਆਨ ਨਾਲ, ਜਦੋਂ ਸਾਡੇ ਤੇ ਮੁਸੀਬਤ ਆਉਂਦੀ ਹੈ ਨਾ, ਆਪਾਂ ਗੁਰੂ ਨੂੰ ਨਹੀਂ ਯਾਦ ਕਰਦੇ, ਆਪਣੇ ਸੱਜਣਾ ਮਿੱਤਰਾਂ ਸਖਾ ਸੰਬੰਧੀਆਂ ਨੂੰ ਪਹਿਲਾਂ ਯਾਦ ਕਰਨਾ, ਹੈਲੋ ਫੋਨ ਕਰਨੇ ਆ। ਇਹ ਦਿੱਕਤ ਬਣ ਗਈ ਹੈ। ਲਓ ਜਦੋਂ ਤੁਹਾਨੂੰ ਪਤਾ ਲੱਗੇ ਮੇਰੇ ਸਾਹਮਣੇ ਸੰਕਟ ਆ ਗਿਆ, ਪੈਰ ਚੋ ਜੁੱਤੀ ਲਾ ਕੇ ਜਿੱਥੇ ਖੜੇ ਉੱਥੇ ਹੱਥ ਜੋੜ ਕੇ ਪਹਿਲਾਂ ਅਰਦਾਸ ਕਰਿਆ ਕਰੋ, ਫਿਰ ਸਹਾਈ ਹੋਏਗਾ, ਫਿਰ ਜਿਹਨੂੰ ਫੋਨ ਕਰੋਗੇ ਵੀ ਮਦਦ ਕਰੇਗਾ, ਕਿਉਂ ਉਹਦੇ ਵਿੱਚ ਆਪ ਵੜ ਜਾਏਗਾ। ਸੰਗ ਸਖਾ ਸਭ ਤਾਂ ਚ ਗਏ, ਉਹਨਾਂ ਨੇ ਵੀ ਉਹ ਸਾਥ ਕਦੋਂ ਨਿਭੇਗਾ, ਜਦੋਂ ਇਹਦਾ ਸਾਥ ਹੋਏਗਾ। ਇਹ ਪੱਕੀ ਗੱਲ ਜੇ ਲਿਖ ਲਓ, ਜਦੋਂ ਸੰਕਟ ਆਵੇ
ਤਗੜੇ ਹੋ ਜਾ ਕਰੋ, ਡੋਲਿਆ ਨਾ ਕਰੋ, ਉਸੇ ਵੇਲੇ ਪੈਰਾਂ ਤੇ ਜੁੱਤੀ ਲਾ ਕੇ ਅਰਦਾਸਾ ਕਰਕੇ ਆਖਿਆ ਕਰੋ, ਸੱਚ ਨਾਮ ਹੀ ਜੁੱਤੀ ਲੱਥੇ ਤੇ ਕੋਈ ਡਰ ਨਹੀਂ, ਹੱਥ ਜੋੜ ਲਿਆ ਕਰੋ ਤੇ ਅਰਦਾਸ ਕਰਕੇ ਆਖਿਆ ਕਰੋ, ਹੁਣ ਸਹਾਈ ਹੋਵੀ ਜਿੱਧਰ ਜਾਵਾਂ ਤੂੰ ਹੀ ਹੋਵੇਂ, ਜਿਹਨੂੰ ਆਖਾਂ ਤੂੰ ਹੀ ਹੋਵੇਂ, ਤੂੰ ਹੀ ਰੱਖਾਂ ਮੇਰਾ ਹੋਰ ਕੋਈ ਨਹੀਂ। ਤੇ ਯਾਦ ਰੱਖਿਓ ਫਿਰ ਜਿਹੜੇ ਪਾਸੇ ਮੂੰਹ ਕਰੋਗੇ ਮਦਦ ਵੀ ਹੋਏਗੀ, ਜਿਹੜੇ ਪਾਸੇ ਨੂੰ ਤੁਰੋਗੇ ਸਹਾਇਤਾ ਵੀ ਹੋਏਗੀ। ਤੇ ਜੇ ਪਹਿਲਾਂ ਭੱਜੋਗੇ, ਦਰੋਪਦੀ ਭੱਜੀ ਨਾ ਨਹੀਂ ਕੋਈ ਆਇਆ, ਪਾਣ ਵਾਲ ਵੇਖਿਆ, ਭੀਮ ਵਾਲ ਵੇਖਿਆ, ਸਾਰਿਆਂ ਵਾਲ ਅਰਜਨ ਵਾਲ ਵੇਖਿਆ, ਬੜੀ ਵੀ ਆਪਣੇ ਗੁਰੂ ਦਰੋਣਾਚਾਰਿਆ ਵਾਲ ਵੇਖਿਆ, ਵੀ ਸ਼ੰਪਤਾਮਾ ਵਾਲ ਵੇਖਿਆ, ਕੋਈ ਉੱਠਿਆ ਨਹੀਂ ਉੱਠਿਆ। ਇਹਨਾਂ ਸਾਰਿਆਂ ਵਾਲ ਵੇਂਦੀ ਰਹੀ, ਵਿਚਾਰੀ ਨੂੰ ਮਾਰ ਵੀ ਪਈ, ਮੋਢੇ ਤੋਂ ਪੱਲੂ ਵੀ ਫੜ ਲਿਆ, ਹਾਸੋਹੀਣੀਆਂ ਗੱਲਾਂ ਵੀ ਹੋਈਆਂ, ਬੇਇੱਜ਼ਤੀ ਵੀ ਹੋਈ, ਇਹਨਾਂ ਕੁਝ ਕਰਵਾ ਕੇ। ਤੇ ਫਿਰ ਪਤਾ ਕੀ ਹੋਇਆ, ਫਿਰ ਭਗਵਾਨ ਚੇਤੇ ਆ ਗਿਆ। ਤੇ ਜਦੋਂ ਭਗਵਾਨ ਚੇਤੇ ਆਇਆ ਤੇ ਫਿਰ ਭਗਵਾਨ ਨੂੰ ਆਵਾਜ਼ ਦਿੱਤੀ, ਤੇ ਜਦੋਂ ਭਗਵਾਨ ਨੂੰ ਆਵਾਜ਼ ਦਿੱਤੀ ਤੇ ਫਿਰ ਉਹ ਕਿਤੇ ਰਿਹਾ, ਉਹ ਵੀ ਆ ਗਿਆ। ਤੇ ਦਰੋਪਦੀ ਨੇ ਕਿਹਾ, ਮਹਾਰਾਜ ਇੰਨਾ ਕੁਝ ਹੋ ਗਿਆ, ਪਹਿਲਾਂ ਨਹੀਂ ਆਏ। ਉਹਨਾਂ ਹੱਸ ਕੇ ਆਖਿਆ, ਤੂੰ ਸੱਦਿਆ ਹੀ ਨਹੀਂ, ਤੂੰ ਸੱਦਿਆ ਹੀ ਉਦੋਂ ਜਦੋਂ ਸਾਰਾ ਕੁਛ ਹੋ ਗਿਆ। ਇੰਨਾ ਮਤਲਬ ਇਹ ਉਹਨੂੰ ਪਤਾ ਨਹੀਂ, ਜਾਂ ਏਡਾ ਨਿਰਦਈ ਏ, ਉਹ ਸਾਨੂੰ ਸਿੱਖਿਆ ਦਿੰਦਾ ਹੈ ਵੀ ਡੋਲੋ ਨਾ, ਪਹਿਲਾਂ ਤਗੜੇ ਹੋ ਕੇ ਆਪਣੇ ਮਨ ਨੂੰ ਤਗੜਿਆ ਕਰਕੇ ਸਥਿਰ ਹੋ ਕੇ ਪਹਿਲਾਂ ਪਰਮੇਸ਼ਰ ਨੂੰ ਯਾਦ ਕਰ ਲਓ, ਇੰਨੇ ਚਿਰ ਨੂੰ ਤੁਹਾਡਾ ਹੌਸਲਾ ਵੱਡਾ ਹੋ ਜਾਏਗਾ। ਇੱਧਰ ਭਗਤ ਨਾਮਦੇਵ ਜੀ ਆਉਂਦੇ ਨੇ, ਸਾਤ ਘੜੀ ਜਬ ਬੀਤੀ ਸੁਣੀ, ਕੀ ਹੋਇਆ, ਅੱਜ ਹੁਣ ਆਇਓ ਤ੍ਰਿਭਵਨ ਤਣੀ, ਅਜੇ ਨਹੀਂ ਆਏ ਵਿਸ਼ਨੂੰ ਭਗਵਾਨ। ਜਦੋਂ ਲੋਕ ਆਪਸ ਚ ਗੱਲਾਂ ਕਰਨ ਲੱਗੇ ਨਾ, ਆਇਆ ਹੀ ਨਹੀਂ, ਗਾਂ ਨਹੀਂ ਜਿਉਂਦੀ ਹੋਈ, ਹੁਣ ਤੇ ਨਾਮਦੇਵ ਨੂੰ ਮਾਰ ਦੇਣਗੇ, ਹੁਣ ਨਾਮਦੇਵ ਕੀ ਕਰੇਗਾ, ਹੁਣ ਤੇ ਨਾਮਦੇਵ ਨਹੀਂ ਬਚਦਾ, ਲੋਕ ਲੱਗੇ ਗੱਲਾਂ ਕਰਨ, ਹੁਣ ਨਹੀਂ ਸਤਿਗੁਰੂ ਰਾਮ ਸਿੰਘ ਜੀ ਆਉਂਦੇ, ਕਿੱਥੇ ਆਉਣਾ ਉਹਨਾਂ, ਇੰਨਾ ਟਾਈਮ ਹੋ ਗਿਆ। ਸਤਿਗੁਰੂ ਜਗਜੀਤ ਸਿੰਘ ਵੀ ਆਉਂਦੇ ਸਨ, ਉਹ ਵੀ ਚਲੇ ਗਏ, ਕਿਤੇ ਆਏ, ਉਹ ਇੰਨੀਆਂ ਪੀੜੀਆਂ ਹੋ ਗਈਆਂ, ਉਹ ਹੁਣ ਤੇ ਜੋਗੀ ਬਦਲ ਗਿਆ। ਜਦੋਂ ਲੋਕ ਗੱਲਾਂ ਕਰਨਗੇ, ਆਖੋ ਧੰਨ ਸਤਿਗੁਰੂ ਰਾਮ ਸਿੰਘ। ਉਹਨਾਂ ਕਿਹਾ ਸੀ ਜਦੋਂ ਕਹਿਣਗੇ ਨਹੀਂ ਆਉਂਦਾ ਮੈਂ, ਉਦੋਂ ਆਵਾਂਗਾ। ਆਖਿਆ ਜੀ ਹੁਣੇ ਕਹਿ ਦਈਏ, ਆਖਿਆ ਨਹੀਂ, ਆਪ ਮੁਹਾਰੇ ਕਹਿਣਗੇ, ਆਪਣੇ ਆਪ ਕਹਿਣਗੇ, ਉਦੋਂ ਆਵਾਂਗੇ। ਜਦੋਂ ਵਿਸ਼ਨੂੰ ਭਗਵਾਨ ਦੇ ਭਗਤ ਨੂੰ ਲੱਗੇ ਕਹਿਣ ਵੀ ਕੋਈ ਨਹੀਂ ਜੇ ਆਇਆ, ਹੁਣ ਨਹੀਂ ਆਉਂਦਾ, ਤੇ ਭਗਤ ਨਾਮਦੇਵ ਜੀ ਆਉਂਦੇ ਨੇ, ਪਾਖੰਤਲ ਬਾਜ ਬਜਾਏ ਲਾ, ਖੰਭਾਂ ਦੀ ਆਵਾਜ਼ ਆਈ ਫਿਰ, ਪਾਖੰਤਲ ਬਾਜ ਬਜਾਏ ਲਾ, ਆਂਦੇ ਖੰਭਾਂ ਦੀ ਆਵਾਜ਼ ਆਈ, ਜਿਵੇਂ ਹੈਲੀਕਾਪਟਰ ਦੀ ਆਉਂਦੀ ਨਾ, ਫੜ 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 ਆਉਂਦੀ ਨਾ, ਜਦੋਂ ਆਵੇ ਤੇ ਘੁੰਮਦੇ ਨਾ ਤੇ ਹਵਾ ਦੀ ਆਵਾਜ਼ ਆਉਂਦੀ ਨਾ, ਆਂਦੇ ਖੰਭਾਂ ਦੀ ਆਵਾਜ਼ ਆਈ। ਸਾਰਿਆਂ ਵੇਖਿਆ ਕੀ ਹੋਇਆ, ਗਰੁੜ ਚੜੇ ਗੋਬਿੰਦ ਆਏ ਲਾ, ਵਿਸ਼ਨੂੰ ਭਗਵਾਨ ਗਰੁੜ ਦੇ ਉੱਤੇ ਬਹਿ ਕੇ ਤੇ ਆ ਕੇ ਭਗਤ ਨਾਮਦੇਵ ਦੇ ਸਾਹਮਣੇ ਖਲੋ ਗਏ। ਆਪਣੇ ਭਗਤ ਪਰ ਕੀ ਪ੍ਰਤਿਪਾਲ, ਵੇਖੋ ਨਾਮ ਜਪਣ ਵਾਲੇ ਆਪਣੇ ਭਗਤ ਦੀ ਪ੍ਰਤਿਪਾਲ ਕਰਨ ਵਾਸਤੇ, ਉਹਦੀ ਸਹਾਇਤਾ ਕਰਨ ਵਾਸਤੇ ਆਪ ਗਰੁੜ ਤੇ ਚੜ੍ਹ ਕੇ ਤੇ ਭਗਵਾਨ ਵਿਸ਼ਨੂੰ ਮਹਾਰਾਜ ਆ ਗਏ। ਤੇ ਗਰੁੜ ਚੜੇ ਆਏ ਗੋਪਾਲ, ਵਾਹ ਵਾਹ, ਗੋਪਾਲ ਗਰੁੜ ਤੇ ਚੜ੍ਹ ਕੇ ਤੇ ਆਣ ਪ੍ਰਗਟ ਹੋਏ,
ਤੇ ਭਗਤ ਨਾਮਦੇਵ ਜੀ ਨੇ ਦਰਸ਼ਨ ਕੀਤੇ, ਮੱਥਾ ਟੇਕਿਆ, ਅਰਜ ਕੀਤੀ, ਬੜੀ ਕਿਰਪਾ ਕੀਤੀ ਜੇ, ਦਰਸ਼ਨ ਦਿੱਤੇ ਜੇ, ਤਾਂ ਅੱਗੋਂ ਸਤਿਗੁਰਾਂ ਬਚਨ ਕੀਤਾ ਭਗਵਾਨ ਵਿਸ਼ਨੂੰ ਨੇ, ਉਹਨਾਂ ਬਚਨ ਕੀਤਾ ਕਹਿ ਤਾਂ ਧਰਨੇ ਇਕੋਡੀ ਕਰੋ, ਮੈਨੂੰ ਦੱਸ ਧਰਤੀ ਥੋੜੀ ਟੇਢੀ ਕਰਕੇ ਖਿਲਾਰਦਾ, ਕਹਿ ਤਾਂ ਲੈ ਕਰ ਉੱਪਰ ਧਰੋ, ਕਵੇ ਤੇ ਮੁੱਦੀ ਮਾਰਦੇ ਆ, ਆਪਣੇ ਭਗਤ ਨਾਲ ਗੱਲਾਂ ਕਰਦੇ ਨੇ, ਕਹਿ ਤਾਂ ਮੋਈ ਗਊ ਦੇ ਉਜਵਾਏ, ਹੁਣ ਦੱਸ ਧਰਤੀ ਟੇਢੀ ਕਰਨੀ ਹੂੰ ਮੁੱਦੀ ਕਰਨੀ ਹੂੰ ਕਿ ਗਾਂ ਜਿੰਦੀ ਕਰਾਂ, ਸਭ ਕੋਈ ਦੇਖੇ ਪੱਤੀ ਆਏ, ਐ ਜਿੰਨੇ ਵੇਖਣਾ ਇਹਨੇ ਮੇਰੇ ਭਗਤ ਨੂੰ ਵੇਖ ਲੈਣ ਵੀ ਉਹ ਸੱਚਾ ਹੈ, ਇਹਨਾਂ ਨੂੰ ਪਤਾ ਲੱਗ ਜਾਏ ਕਿ ਨਾਮ ਜਪਣ ਵਾਲੇ ਦੇ ਪਿੱਛੇ ਕਿੰਨੀ ਤਾਕਤ ਹੁੰਦੀ ਹੈ, ਨਾਮ ਜਪਣ ਵਾਲੇ ਦੇ ਕੋਲ ਕਿੰਨੀ ਪਾਵਰ ਹੁੰਦੀ ਹੈ। ਇੱਥੇ ਤੇ ਕਿਸੇ ਦੀ ਇੱਕ ਮੰਤਰੀ ਨਾਲ ਬਣ ਜਾਏ ਤੇ ਉਹ ਪਾਪ ਨਹੀਂ ਲੱਗਣ ਦਿੰਦਾ, ਤੇ ਜਿੰਦੀ ਬਾਣੀ ਸਤਿਗੁਰ ਨਾਲ ਜਾਏ, ਬਾਣ ਆਉਣੀ ਚਤੁਰਾਈ ਨਾ ਚਤੁਰ ਭੁਜ ਪਾਈ ਹੈ, ਚਲਾਕੀਆਂ ਨਾਲ ਨਹੀਂ, ਵੀ ਚਲਾਕੀਆਂ ਕਰਕੇ ਆਖੀ ਭਗਵਾਨ ਪਾ ਲਈਏ, ਭੋਲੇ ਪਾਏ ਮਿਲੇ ਰਗੜਾਇਆ, ਉਹ ਤੇ ਭੋਲਿਆਂ ਦਾ ਹੈ, ਭੋਲੇ ਸਾਧੂਆਂ ਦਾ ਹੈ, ਇੱਥੇ ਕਿਤੇ ਮਾਇਆ ਦੇ ਕੇ, ਕਿਤੇ ਸੋਨੇ ਚਾਂਦੀਆਂ ਦੇ ਕੇ, ਕਿਤੇ ਲੱਡੂ ਬਰਫੀਆਂ ਖਵਾ ਕੇ ਵੀ ਖਰੇ ਉਹ ਸਾਡਾ ਹੋ ਜਾਏ, ਨਹੀਂ ਉਹ ਆਪਣਾ ਕਦੋਂ ਹੋਵੇਗਾ। ਮਨ ਤੇ ਰਾਮ ਲਿਆ ਹੈ ਮੋਲ, ਇਹ ਮਨ ਦੇ ਮੋਲ ਨਾਲ ਲੈ, ਦੁਨਿਆਵੀ ਪਦਾਰਥਾਂ ਨਾਲ ਤੇ ਮੰਤਰੀ ਰਜਾਈਦੇ ਨੇ, ਗੁਰੂ ਦੁਨਿਆਵੀ ਪਦਾਰਥਾਂ ਨਾਲ ਨਹੀਂ ਰਿਜਦਾ। ਮਨ ਤੇ ਰਾਮ ਲਿਆ ਹੈ ਮੋਲ, ਕੰਚਨ ਸਿਉ ਪਾਈਐ ਨਹੀਂ ਤੋਲ, ਅਬ ਮੈਂ ਰਾਮ ਆਪਣਾ ਕਰਮ, ਛੱਡੋ ਗਊ ਦੇ ਥੱਲੇ ਵੱਛਾ, ਧਾਰ ਕੱਢੀਏ ਦੁੱਧ ਚੋਈਏ, ਇਹਨਾਂ ਬਚਨ ਕੀਤਾ ਭਗਤ ਨਾਮਦੇਵ ਜੀ ਨੇ, ਗਾਂ ਉੱਠ ਕੇ ਬਹਿ ਗਈ। ਲੋਕ ਵੇਂਦੇ ਨੇ ਮਰੀ ਹੋਈ ਗਾਂ ਜਿੰਦੀ ਹੋਈ, ਇਹ ਨਾ ਸਮਝਿਓ ਕਿ ਇੱਥੇ ਬੈਠੇ ਗਪੌੜ ਛੱਡੀ ਜਾਂਦੇ ਨੇ, ਜਿਸ ਗੁਰਬਾਣੀ ਨੂੰ ਸੀਸ ਨਵਾਉਂਦੇ ਹੋ ਉਹ ਗੁਰਬਾਣੀ ਦਾ ਪ੍ਰਮਾਣ ਭਰਦੀ ਪਈ ਹੈ। ਇਹ ਕਥਾ ਮੈਂ ਗੁਰਬਾਣੀ ਦੇ ਸ਼ਬਦ ਦੀ ਕੀਤੀ ਹੈ, ਗੁਰਬਾਣੀ 'ਚ ਇਹ ਦਰਜ ਹੈ ਕਿ ਭਗਤ ਨਾਮਦੇਵ ਜੀ ਦੀ ਗਾਂ ਜਿਉਂਦੀ ਹੋਈ। ਸ਼ਰਧਾ ਹੋਣੀ ਚਾਹੀਦੀ ਹੈ, ਸ਼ਰਧਾ ਉਹ ਕੁਝ ਕਰ ਦਿੰਦੀ ਹੈ ਜੋ ਨਾ ਹੋਣ ਵਾਲਾ ਹੋਵੇ, ਸ਼ਰਧਾ ਹੀ ਹੈ ਉਹ ਕੁਝ ਕਰ ਦਿੰਦੀ ਜੋ ਨਾ ਹੋਣ ਵਾਲਾ ਹੋਵੇ। ਅੱਜ ਉਹ ਹੋਇਆ ਜੋ ਨਾ ਹੋਣ ਵਾਲਾ ਸੀ, ਅੱਜ ਉਹ ਹੋਇਆ ਜੋ ਭਗਤ ਜੀ ਨੇ ਪਹਿਲਾਂ ਕਿਹਾ ਸੀ, ਕਦੀ ਮੋਏ ਵੀ ਜਿੰਦੇ ਹੋਏ ਨੇ ਪਰ ਅੱਜ ਹੋਇਆ। ਆਖਿਆ ਬੱਚਾ ਛੱਡੋ ਗਾਂ ਚੋਈ ਜੀ, ਜੂੜ ਪਾਇਆ ਦੁੱਧ ਹੈ ਦੋਹੇ ਜਬ ਮਟਕੀ ਭਰੀ, ਦੁੱਧ ਚੋ ਕੇ ਤੇ ਉਹ ਮਟਕੀ ਜਿਹੜੀ ਸੀ ਉਹ ਭਰ ਲਈ, ਲੈ ਬਾਦਸ਼ਾਹ ਕੇ ਆ ਗਿਆ ਧਰੀ, ਚੋ ਕੇ ਦੁੱਧ ਤੇ ਬਾਦਸ਼ਾਹ ਦੇ ਕੇ ਜਾ ਕੇ ਧਰ ਦਿੱਤੇ। ਆਖਿਆ ਲੈ ਬਾਦਸ਼ਾਹ ਦੁੱਧ ਪੀ, ਬਾਦਸ਼ਾਹ ਨੇ ਵੇਖਿਆ ਹਾਏ ਮਰੀ ਹੋਈ ਗਾਂ ਜਿਉਂਦੀ ਕਰਕੇ ਨਾ ਦੁੱਧ ਚੋ ਲਿਆ। ਆਖੋ ਤਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਇਹ ਪਿੰਡ ਆਉਂਦਾ ਘਟਾਣੀ, ਜਦੋਂ ਤੁਸੀਂ ਜਾਂਦੇ ਹੋ ਨਾ ਪਿੰਡ ਘਟਾਣੀ ਆਉਂਦਾ, ਇਸ ਪਿੰਡ ਘਟਾਣੀ ਵਿੱਚ ਘਰ ਹੈ ਖਟੜੇ ਪਰਿਵਾਰ ਦਾ, ਖਟੜਾ ਬਹਾਦਰ ਸਿੰਘ ਤੇ ਸਰਦਾਰਾ ਸਿੰਘ ਅੱਜ ਵੀ ਉਸ ਪਿੰਡ ਵਿੱਚ ਰਹਿੰਦੇ ਨੇ। ਉਹਨਾਂ ਦਾ ਬਾਬਾ ਸੀ ਮੈਨੂੰ ਦਾ ਨਾਂ ਭੁੱਲ ਗਿਆ, ਉਹਨਾਂ ਦਾ ਬਾਬਾ ਜਿਹੜਾ ਸੀ ਉਸ ਪਿੰਡ ਵਿੱਚ ਰਹਿੰਦਾ ਸੀ, ਤੇ ਨਾਮਧਾਰੀ ਨਹੀਂ ਸਨ, ਇਹਨਾਂ ਦੀ ਮੱਝ ਮਰ ਗਈ
ਜਦੋਂ ਮੱਝ ਮਰ ਗਈ ਨਾ ਤੇ ਇਹਨਾਂ ਸੋਚਿਆ ਹੁਣ ਮੱਝ ਤੇ ਮਰ ਗਈ ਤੇ ਕਿਸੇ ਨੂੰ ਬੁਲਾ ਕੇ ਮੱਝ ਚੁਕਾ ਦੇਈਏ, ਜਿਹਦੀ ਵੀ ਉੱਥੇ ਡਿਊਟੀ ਸੀ ਜੋ ਮਰੇ ਹੋਏ ਪਸ਼ੂਆਂ ਨੂੰ ਲਿਜਾਂਦਾ ਸੀ, ਇਹ ਉਹਨੂੰ ਲੱਭਦੇ ਜਦੋਂ ਭੈਣੀ ਸਾਹਿਬ ਦੀ ਹੱਥ ਚੋਂ ਲੰਘਣ ਲੱਗੇ, ਕੋਟ ਜਾਣਾ ਸੀ, ਪਿੰਡ ਕੋਟ ਲਾਗੇ ਪੈਂਦਾ, ਤੇ ਉੱਥੇ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਹੋ ਗਿਆ। ਇਹਨੇ ਵਿਚਾਰੇ ਨੇ ਸਤਿਗੁਰੂ ਰਾਮ ਸਿੰਘ ਨੂੰ ਮੱਥਾ ਟੇਕ ਦਿੱਤਾ। ਸਤਿਗੁਰੂ ਅੱਗੋਂ ਜਿਵੇਂ ਤੁਹਾਨੂੰ ਪਤਾ ਹੈ ਅੱਜ ਵੀ ਸਤਿਗੁਰਾਂ ਨੂੰ ਮੱਥਾ ਟੇਕੀ ਪੁੱਛਦੇ ਨੇ ਕੀ ਹਾਲ ਹੈ, ਪਰਿਵਾਰ ਦਾ ਕੀ ਹਾਲ ਜੇ, ਠੀਕ ਹੋ, ਭਜਨ ਕਰਦੇ ਹੋ, ਸਾਰਾ ਪੁੱਛਦੇ ਨੇ। ਇਸ ਨੂੰ ਵੀ ਸਤਿਗੁਰਾਂ ਪੁੱਛ ਲਿਆ ਇਹਨਾਂ ਦੇ ਬਾਬੇ ਨੂੰ। ਜਦੋਂ ਸਤਿਗੁਰਾਂ ਪੁੱਛਿਆ ਨਾ ਵੀ ਤੁਹਾਡਾ ਕੀ ਹਾਲ, ਤੋਂ ਰੋ ਪਿਆ। ਨਾਮਧਾਰੀ ਨਹੀਂ ਸੀ ਉਹ, ਗੈਰ ਨਾਮਧਾਰੀ ਸੀ। ਸਤਿਗੁਰਾਂ ਆਖਿਆ ਰੋਣਾ ਕਿਉਂ ਹੈ, ਕਹਿੰਦਾ ਸਾਡੀ ਮੱਝ ਮਰ ਗਈ ਹੈ। ਹੁਣ ਜਿਹੜੀ ਮੱਝ ਦਾ ਦੁੱਧ ਚੋਂਦੇ ਸਨ, ਵੇਚਦੇ ਸਨ, ਛਕਦੇ ਸਨ, ਪੈਸੇ ਕਮਾਉਂਦੇ ਸਨ, ਜ਼ਿਮੀਦਾਰ ਵਾਸਤੇ ਮੱਝ ਬੜੀ ਚੀਜ਼ ਸੀ, ਪਰਿਵਾਰ ਦਾ ਮੈਂਬਰ ਹੁੰਦੀ ਹੈ। ਸਤਿਗੁਰ ਆਖਿਆ ਚੱਲ ਤੇਰੀ ਮੱਝ ਵੇਖੀਏ, ਮਤ ਜਾਣੋ ਕੋਈ ਗਪੌੜੇ। ਅੱਜ ਵੀ ਉਹ ਪਰਿਵਾਰ ਉੱਥੇ ਆ, ਨਾਮਧਾਰੀ ਨੇ, ਉਹ ਹਵੇਲੀ ਉੱਥੇ ਆ, ਉਹ ਘਰ ਉੱਥੇ ਨੇ, ਅਸੀਂ ਗਏ ਹਾਂ ਸਾਰੇ, ਉਹ ਘਰ ਵੇਖ ਕੇ ਆਏ ਹਾਂ। ਉਹ ਆਪ ਦੱਸਦੇ ਨੇ, ਕਹਿੰਦੇ ਸਤਿਗੁਰੂ ਰਾਮ ਸਿੰਘ ਜੀ ਆਏ, ਮੈਂ ਦੱਸਿਆ ਨੂੰ ਆਪਣਾ ਚਰਨ ਲਾ ਕੇ ਆ, ਉੱਠ ਰਾਤ ਦੀ ਸੁੱਤੀ ਪਈ, ਮੱਝ ਉੱਠ ਕੇ ਬਹਿ ਗਈ। ਅੱਜ ਵੀ ਉਹ ਪਰਿਵਾਰ ਉੱਥੇ ਆ, ਤੁਸੀਂ ਵੇਖ ਸਕਦੇ ਹੋ। ਸ਼ਰਧਾ ਉਹ ਕੁਝ ਕਰਵਾ ਦਿੰਦੀ ਜੋ ਨਾ ਹੋਣ ਵਾਲਾ ਹੋਵੇ। ਉਹ ਹਵੇਲੀ ਉੱਥੇ ਆ, ਉਹ ਘਰ ਉੱਥੇ ਆ। ਸ਼ਾਇਦ ਥੋੜੇ ਦਿਨਾਂ ਨੂੰ ਉਹਨਾਂ ਵਿਦੇਸ਼ ਚਲੇ ਜਾਣਾ, ਅੱਜ ਉਹ ਇੱਥੇ ਨੇ। ਮੈਂ ਸਵੇਰੇ ਮਿਲ ਕੇ ਆਇਆ, ਅੱਜ ਸਵੇਰੇ ਗਿਆ ਸਾਂ, ਕੱਲ੍ਹ ਸਵੇਰੇ ਮੈਂ ਗਿਆ ਸਾਂ, ਮਿਲ ਕੇ ਆਇਆ। ਜਿੰਦਾ ਜੀ ਕਰੇ ਜਾ ਕੇ ਮਿਲ ਲਓ, ਉਹ ਤੁਹਾਨੂੰ ਆਪ ਬੀਤੀ ਆਪ ਦੱਸ ਦੇਣਗੇ, ਬਹੁਤ ਜਿਹੀਆਂ ਨਿਸ਼ਾਨੀਆਂ ਦੱਸ ਦੇਣਗੇ, ਬਹੁਤ ਜੀ ਬਹੁਤ ਕੁਛ ਤੁਹਾਨੂੰ ਤੁਹਾਨੂੰ ਸੰਤੁਸ਼ਟੀ ਹੋਏਗੀ ਉਹਨਾਂ ਨੂੰ ਸੁਣ ਕੇ। ਉਹ ਆਉਂਦੇ ਜਦੋਂ ਸਤਿਗੁਰੂ ਰਾਮ ਸਿੰਘ ਨੇ ਆ ਕੇ ਸਾਡੀ ਮੱਝ ਨੂੰ ਚਰਨ ਲਾ ਕੇ ਜਿਉਂਦੇ ਕੀਤੇ, ਅਸੀਂ ਉਦੋਂ ਅੰਮ੍ਰਿਤ ਛਕ ਕੇ ਸਿੱਖ ਬਣੇ। ਇੱਥੇ ਭਗਤ ਨਾਮਦੇਵ ਜੀ ਗਊ ਨੂੰ ਚੋ ਕੇ ਦੁੱਧ ਦੀ ਮਟਕੀ ਭਰ ਲਈ, ਤੇ ਮਟਕੀ ਭਰ ਕੇ ਤੇ ਲਿਆਣ ਕੇ ਬਾਦਸ਼ਾਹ ਦੇ ਅੱਗੇ ਧਰ ਕੇ ਆਖਿਆ ਪੀ ਲੈ। ਬਾਦਸ਼ਾਹ ਸ਼ਰਮ ਦਾ ਮਾਰਿਆ ਉੱਠ ਕੇ ਤੇ ਮਹਿਲ 'ਚ ਚਲਾ ਗਿਆ। ਆਂਦੇ ਬਾਦਸ਼ਾਹ ਮਹਿਲ ਮੈਂ ਜਾਏ, ਜਦੋਂ ਬਾਦਸ਼ਾਹ ਮਹਿਲ ਵਿੱਚ ਗਿਆ, ਆਓ ਘੱਟ ਕੀ ਘੱਟ ਲਾਗੀ ਆਏ, ਇਹਦੇ ਢਿੱਡ 'ਚ ਪੀੜ ਉੱਠੀ, ਸੂਲ ਉੱਠਿਆ, ਤੜਫਣ ਲੱਗ ਪਿਆ। ਕਾਜੀ ਮੁੱਲਾ ਬੇਨਤੀ ਫਰਮਾਏ, ਕਾਜੀਆਂ ਨੂੰ ਤੇ ਮੁੱਲਾਂ ਨੂੰ ਸੱਦਿਆ ਫਿਰ ਇਹਨੇ ਤੇ ਬੇਨਤੀ ਕੀਤੀ, ਆਂਦੇ ਜਾਓ ਭਗਤ ਨਾਮਦੇਵ ਜੀ ਕੋਲ ਜਾਓ, ਮੇਰੇ ਵੱਲੋਂ ਸਾਰੇ ਜਾਣੇ। ਬਖਸੀ ਹਿੰਦੂ ਮੈਂ ਤੇਰੀ ਗਾਏ, ਆਖੋ ਉਹਨੂੰ ਜਾ ਕੇ ਜਿਵੇਂ ਗਾਂ ਜਿਉਂਦੀ ਕੀਤੀ ਸੀ ਉਵੇਂ ਮੇਰਾ ਦੁੱਖ ਦੂਰ ਕਰ, ਜਾਓ ਮੇਰੇ ਵੱਲੋਂ ਮਾਫ਼ੀ ਮੰਗੋ ਉਹਦੇ ਤੋਂ ਜਾ ਕੇ। ਅੱਜ ਇੱਕ ਬਾਦਸ਼ਾਹ ਉਹਦੇ ਅੱਗੇ ਹੱਥ ਜੋੜੀ ਖੜਾ ਜਿਹੜਾ ਨਾਮ ਜਪਦਾ ਹੈ, ਅੱਜ ਇੱਕ ਬਾਦਸ਼ਾਹ ਉਹਦੇ ਅੱਗੇ ਤਰਲਾ ਪਾਉਂਦਾ ਪਿਆ ਜਿਹੜਾ ਨਾਮ ਜਪਦਾ ਹੈ। ਕੌਣ ਵੱਡਾ ਮਾਇਆ ਵਡਿਆਈ, ਨਹੀਂ ਸੋ ਵੱਡਾ ਜਨ ਰਾਮ ਲਿਵਲਾਈ। ਕੌਣ ਵੱਡਾ ਹੈ, ਮਾਇਆ ਵੱਡੀ ਹੈ, ਨਹੀਂ ਵੱਡਾ ਤੇ ਉਹ ਜਿਹਨੇ ਰਾਮ ਦੇ ਨਾਮ ਲਿਵ ਲਾ ਲਈਏ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਕੋਈ ਆਉਂਦਾ ਹੈ ਹੀ ਨਹੀਂ, ਕੋਈ ਆਉਂਦਾ ਨਾ ਸਾਰਿਆਂ ਵਿੱਚ ਰਾਬੇ, ਕੋਈ ਪੁੱਛਦਾ ਹੈ ਕਿੱਥੇ, ਪੰਜਵੇਂ ਪਾਤਸ਼ਾਹ ਨੂੰ ਪੁੱਛ ਰਹੇ ਨੇ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਨਾਨਕ ਕਹੇ ਸੁਣੋ ਰੇ ਲੋਗਾ, ਦੱਸਣ ਲੱਗੇ ਨੇ ਕਿੱਥੇ ਆ। ਨਾਨਕ ਕਹੇ ਸੁਣੋ ਰੇ ਲੋਗਾ,
ਸੰਤ ਰਸਨ ਬਸਹੀਓ, ਆਂਦੇ ਸੰਤਾਂ ਦੀ ਰਸਨਾ ਉੱਤੇ ਵਸਦਾ, ਸਾਧਾਂ ਦੀ ਰਸਨਾ ਤੇ ਵਸਦਾ ਪਰਮਾਤਮਾ, ਸਾਧੂ ਦੀ ਰਸਨਾ ਉੱਤੇ 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 ਆਖਿਆ ਕਿੱਥੇ ਵਸਦਾ? ਉਹਨਾਂ ਆਖਿਆ ਉਹ ਸਾਧ ਦੀ ਰਸਨਾ ਉੱਤੇ ਵਸਦਾ। ਤੇ ਭਗਤ ਨਾਨਦੇਵ ਜੀ ਅੱਗੇ ਹੱਥ ਜੋੜ ਭੇਜੇ, ਆਖਿਆ ਜਾਓ ਉਹਨੂੰ ਆਖੋ ਜਿਵੇਂ ਗਾਂ ਨੂੰ ਬਖਸ਼ ਦਿੱਤਾ, ਜਿਉਂਦਿਆਂ ਕਰ ਦਿੱਤਾ, ਸੋ ਮੇਰੀ ਜਾਨ ਬਖਸ਼ੇ, ਇਹ ਮੇਰਾ ਪਾਪ ਹੈ ਜੋ ਮੇਰੇ ਅੱਗੇ ਆ ਗਿਆ, ਮੈਂ ਇੱਕ ਭਗਤ ਦੀ ਪ੍ਰੀਖਿਆ ਲਈ, ਜਾਓ ਉਹਨਾਂ ਨੂੰ ਆਖੋ, ਹੱਥ ਜੋੜ ਕੇ ਬੇਨਤੀ ਕਰੋ ਕਿ ਮੈਂ ਵੀ ਉਹਦੀ ਗਾਂ ਵਰਗਾ ਹੀ ਹਾਂ, ਮੈਨੂੰ ਮਾਫ ਕਰ ਦੇ। ਵੇਖੋ ਕਿੱਡੀ ਤਾਕਤ ਉਸ ਨਾਮ ਦੀ। ਹੁਣ ਬੇਨਤੀ ਮੈਂ ਇੱਥੇ ਕਰ ਲੱਗਾ, ਬੀਬੀ ਜਸਪਾਲ ਕੌਰ ਜੀ ਅਸਾਰ ਇਸ ਮਾਤ ਲੋਕ ਤੋਂ ਚਲਾਣਾ ਕਰ ਗਏ, ਜਿਸ ਨਾਮ ਦੀ ਵਡਿਆਈ ਭਗਤ ਨਾਮਦੇਵ ਜੀ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ, ਕਿ ਉਸ ਨਾਮ ਦੀ ਏਡੀ ਤਾਕਤ, ਜਿੰਦਾ ਨਾਮ ਉਹ ਜਪਦਾ ਸੀ, ਅੱਜ ਉਹਦੇ ਸਾਹਮਣੇ ਖਲੋ ਕੇ ਉਹਦੀ ਮਦਦ ਕੀਤੀ, ਇਸੇ ਨਾਮ ਨੇ ਅੱਗੇ ਸਹਾਈ ਹੋਣਾ, ਇਸੇ ਨਾਮ ਨੇ ਸਾਡੀ ਉੱਥੇ ਜਾ ਕੇ ਸਹਾਇਤਾ ਕਰਨੀ ਹੈ। ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, 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 ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਜਾ ਕੇ ਸੇਕ ਆਉਣਾ, ਜਿੱਥੇ ਜਾ ਕੇ ਦੁੱਖ ਆਉਣਾ, ਉੱਥੇ ਇਸ ਨਾਮ ਨੇ ਸਹਾਈ ਹੋਣਾ। ਜੇ ਇਸ ਲੋਕ ਵਿੱਚ ਉਸ ਨਾਮ ਨੂੰ ਜਪਣ ਵਾਲਿਆਂ ਦੀ ਮਦਦ ਪਰਮੇਸ਼ਰ ਕਰਦਾ, ਸੋਚੋ ਵਿਚਾਰੋ, ਜਾਣ ਵਾਲਾ ਸਰੀਰ ਸੰਸਾਰ ਤੋਂ ਚਲਾ ਗਿਆ, ਆਪਾਂ ਜਿੰਨੇ ਇੱਥੇ ਬੈਠੇ ਹਾਂ ਉਹਨਾਂ ਦੇ ਪਿੱਛੇ ਕੁਝ ਵਸਤੂ ਨਹੀਂ ਭੇਜ ਸਕਦੇ, ਜੇ ਕੁਝ ਉੱਥੋਂ ਤੱਕ ਜਾ ਸਕਦਾ ਇਹ ਜਪਿਆ ਨਾਮ, ਇਹ ਸਾਡਾ ਬੈਠਿਆ ਕੀਤਾ ਹੋਇਆ ਪੁੰਨ ਫਲ, ਇਹ ਉੱਥੋਂ ਤੀਕ ਜਾ ਸਕਦਾ।
ਹੋਰ ਦੁਨੀਆਂ ਦੀ ਕੋਈ ਚੀਜ਼ ਉੱਥੇ ਨਹੀਂ ਜਾ ਸਕਦੀ। ਸਾਡੇ ਨਾਲ ਵੀ ਜੇ ਕੁਝ ਜਾਣਾ ਉਹ ਸਾਡਾ ਬੀਜਿਆ ਹੋਇਆ ਸਾਡਾ ਕੀਤਾ ਹੋਇਆ ਉੱਥੋਂ ਤੀਕ ਨਾਲ ਜਾਏਗਾ। ਸੋ ਗੁਰਮੁਖੋ ਆਪਾਂ ਤਗੜੇ ਹੋ ਕੇ ਸਿੱਖੀ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਸਿੱਖ ਬਣ ਕੇ, ਸਿੱਖ ਕੌਣ ਹੈ ਜਿਹੜਾ ਗੁਰੂ ਦੇ ਹੁਕਮ ਵਿੱਚ ਹੈ, ਸੋ ਸਿਆਣਾ ਸੋ ਪਤਵੰਤਾ, ਜਿਸ ਹੁਕਮ ਲੱਗੇ ਜਿਸ ਮੀਠਾ ਜੀਓ, ਹੁਕਮ ਲੱਗੇ ਜਿਸ ਮਿੱਠਾ ਜੀਓ। ਜਿਨ੍ਹਾਂ ਨੂੰ ਉਹਦਾ ਹੁਕਮ ਮਿੱਠਾ ਲੱਗਦਾ ਉਹੀ ਸਿਆਣੇ ਨੇ, ਉਹੀ ਪੱਤ ਵਾਲੇ ਨੇ। ਆਓ ਸਿਆਣੇ ਤੇ ਪੱਤ ਵਾਲੇ ਬਣ ਕੇ ਇਹ ਜੀਵਨ ਜੀ ਕੇ ਜਾਈਏ। ਵਾਰੀ ਤੇ ਸਾਡੀ ਵੀ ਆਉਣ ਵਾਲੀ ਹੈ, ਪਤਾ ਨਹੀਂ ਕਦੋਂ ਆ ਜਾਏ। ਉਹਦੀ ਫਸਲ ਆ ਉਹ ਕੱਚੀ ਨੂੰ ਵੱਢ ਲਵੇ, ਉਹ ਪੱਕੀ ਨੂੰ ਵੱਢ ਲਵੇ, ਤੇ ਲੋੜ ਏ ਵੀ ਅਸੀਂ ਜਿੱਥੇ ਜਾਣਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹ। ਜਿਹੜਾ ਘਰ ਛੱਡ ਦੇਣਾ ਉਹਦੇ ਨਾਲ ਸਾਡਾ ਬੜਾ ਲਗਾਵ ਹੋ ਗਿਆ ਹੋਣਾ ਚਾਹੀਦਾ। ਮੈਂ ਨਹੀਂ ਆਉਂਦਾ ਵੀ ਲਗਾਵ ਛੱਡ ਦਿਓ, ਪਰ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ, ਉਹਦੇ ਬਾਰੇ ਵੀ ਸੋਚ। ਜਿੱਥੇ ਸਾਡੇ ਵਿੱਚ ਵਿਚਰਨ ਵਾਲੇ ਬੀਬੀ ਜੀ ਜਸਪਾਲ ਕੌਰ ਜੀ ਗਏ ਨੇ, ਉਹ ਘਰ ਕਿਹੜਾ ਹੈ, ਉਸ ਘਰ ਵਿੱਚ ਅਸੀਂ ਵੀ ਜਾਣਾ ਕਿ ਸਾਡੀ ਉੱਥੇ ਜਾਣ ਦੀ ਤਿਆਰੀ ਹੈ, ਕਿ ਅਸੀਂ ਉੱਥੇ ਜਿੱਥੇ ਜਾਣਾ ਉੱਥੋਂ ਵਾਸਤੇ ਕੁਝ ਵਸਤ ਇਕੱਠੀ ਕੀਤੀ ਹੈ। ਭਗਤ ਜੀ ਆਉਂਦੇ ਨੇ, ਮੇਰੋ ਟਾਂਡਾ ਲਾਦਿਆ ਜਾਏ, ਮੈਂ ਤਨ ਲਾਦਿਆ ਰਾਮ ਨਾਮ, ਤੇ ਵਿਖ ਲਾਦੀ ਸੰਸਾਰ। ਜਿੱਥੇ ਸਾਡਾ ਟਾਂਗਾ ਜਾਣਾ ਉੱਥੇ ਰਾਮ ਦੇ ਨਾਮ ਨੂੰ ਲੱਦ ਕੇ ਲੈ ਜਾਈਏ, ਉੱਥੇ ਜਾ ਕੇ ਸਾਡੀ ਉਹ ਮਦਦ ਕਰੇਗਾ। ਮਾਇਆ ਕਮਾਓ, ਸੁਖਾਂ 'ਚ ਰਹੋ, ਮਾਲਕ ਹੋਰ ਵੀ ਦੇਵੇ, ਪਰ ਜਿੱਥੇ ਜਾ ਕੇ ਆਪਾਂ ਸੱਚਮੁੱਚ ਵਰਤਣਾ ਉਸ ਥਾਂ ਨੂੰ ਨਾ ਭੁੱਲੀਏ। ਉਹਦੇ ਵਾਸਤੇ ਤਗੜੇ ਹੋ ਕੇ ਨਾਮ ਜਪਿਆ ਕਰੀਏ, ਅੰਮ੍ਰਿਤ ਵੇਲੇ ਜ਼ਰੂਰ ਉੱਠਿਆ ਕਰੀਏ, ਕੋਸ਼ਿਸ਼ ਕਰੀਏ ਜਿੰਨਾ ਸਾਦਾ ਰਹਿ ਸਕੀਏ, ਜਿੰਨਾ ਸਾਦਾ ਖਾ ਸਕੀਏ, ਉਹਨਾਂ ਸਾਦਾ ਆਪਣੇ ਜੀਵਨ ਵਿੱਚ ਉਨੀ ਸਾਦਗੀ ਲੈ ਕੇ ਆਈਏ। ਜਿੰਨੇ ਸਾਦੇ ਰਹਾਂਗੇ ਉਨੇ ਸੌਖੇ ਰਹਾਂਗੇ, ਅਤੇ ਸੁੱਖ ਉਹਦੇ ਹੁਕਮ ਵਿੱਚ ਨੇ, ਉਹਦੇ ਹੁਕਮ ਦੇ ਮੁਤਾਬਕ ਆਪਣਾ ਜੀਵਨ ਜੀਵੀਏ, ਸਾਦਾ ਜੀਵਨ। ਅਤੇ ਇੰਨੀ ਅਰਜ਼ਾ ਮੈਂ ਕਰਨਾ, ਗੁਰੂ ਜੀ ਮਿਹਰ ਕਰਨ, ਮੇਰੇ 'ਤੇ ਵੀ ਬਖਸ਼ਿਸ਼ ਹੋਵੇ, ਤੁਹਾਡੀ ਸਾਧ ਸੰਗਤ ਦੀ ਧੂੜ ਮੇਰੇ ਮਸਤਕ ਵੀ ਲੱਗੇ, ਮੇਰੇ ਤੋਂ ਵੀ ਨਾਮ ਜਪਿਆ ਜਾਏ, ਮੇਰੇ ਅੰਦਰ ਵੀ ਸਤਿਗੁਰੂ ਦੇ ਚਰਨਾਂ ਦੇ ਪ੍ਰੀਤ ਅਤੇ ਪਿਆਰ ਆਵੇ, ਬਖਸ਼ਿਸ਼ ਹੋਵੇ। ਇੰਨੀਆਂ ਅਰਜ਼ਾ ਕਰਦਾ, ਕੋਈ ਭੁੱਲ ਕੋਈ ਤਰੁੱਟੀ ਕੋਈ ਲਫਜ਼ ਅਯੋਗ ਵਰਤਿਆ ਗਿਆ ਹੋਵੇ, ਸਾਧ ਸੰਗਤ ਕਿਰਪਾ ਕਰੇ, ਸਤਿਗੁਰੂ ਜੀ ਤੇ ਸਦਾ ਹੀ ਬਖਸ਼ਿੰਦ ਨੇ। ਧੰਨਵਾਦ। ਸਤਿ ਸ੍ਰੀ ਅਕਾਲ।